ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜਾਏ ਤਾਂ ਗਾਲ ਬਿਨਾਂ ਕਦੇ ਪੰਗਾ ਹੋ ਨਹੀਂ ਸਕਦਾ। ਗੱਲਾਂ ਗੱਲਾਂ ਵਿੱਚ ਗੱਲਾਂ ਦੀ ਗਾਲ ਬਣ ਜਾਏ, ਗਾਲ ਬਿਨਾਂ ਨਹੀਂ ਪੰਗਾ ਹੋ ਸਕਦਾ। ਹਿੰਦੂ ਮੁਸਲਮਾਨ ਸਿੱਖ ਜੇ ਵੱਖ ਹੋ ਗਏ, ਤਿੰਨਾਂ ਬਿਨਾਂ ਤਿਰੰਗਾ ਨਹੀਂ ਹੋ ਸਕਦਾ। ਜਿਹੜਾ ਕਰੇ ਬੁਰਾਈ ਦੂਜਿਆਂ ਦੀ, ਉਹ ਆਪ ਵੀ ਚੰਗਾ ਨਹੀਂ ਹੋ ਸਕਦਾ, ਉਹ ਆਪ ਵੀ ਚੰਗਾ ਨਹੀਂ ਹੋ ਸਕਦਾ। ਇਹਨਾਂ ਚੰਗੀਆਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਸ਼ੁਰੂ ਹੋਇਆ, ਉਹਦਾ ਕਾਰਨ ਇਹ ਹੈ ਕਿ ਸਾਡੀ ਟੀਮ ਜਿਹੜੀ ਹੈਗੀ ਨਿਊਯਾਰਕ ਦੇ ਉੱਤੋਂ ਟ੍ਰਿਪ ਜਿਹੜਾ ਹੈਗਾ ਉਹ ਰੋਡ ਟ੍ਰਿਪ ਲਾ ਰਹੀ ਹੈ। 10 ਦਿਨ ਉਹ 10 ਸ਼ਹਿਰਾਂ ਦੇ ਵਿੱਚ ਰੁਕਣਾ। ਕੱਲ੍ਹ ਵੀ ਕੀਤਾ ਉਹਨਾਂ ਨੇ ਪ੍ਰੋਗਰਾਮ, ਅੱਜ ਵੀ ਪ੍ਰੋਗਰਾਮ ਜਿਹੜੇ ਸ਼ਿਕਾਗੋ ਤੋਂ ਕੀਤੇ ਨੇ, ਕੱਲ੍ਹ ਨੂੰ ਵੀ ਰਸਤੇ 'ਚ ਕਰਦੇ ਕਰਦੇ ਪ੍ਰੋਗਰਾਮ ਇੱਦਾਂ ਆਈ ਜਾਣਾ ਅਤੇ 27-28 ਨੂੰ ਇੱਥੇ ਪਹੁੰਚ ਜਾਣਾ, ਤਾਂ ਫਿਰ 5-7 ਦਿਨ ਇੱਥੇ ਹੈਗੇ ਯੂਨੀਵਰਸਿਟੀ ਨਗਰ ਕੀਰਤਨ ਦੇ ਤੱਕ ਸਾਰੀ ਟੀਮ ਸਾਡੀ ਜਿਹੜੀ ਹੈਗੀ ਆ। ਸਲਿੰਗ ਦੁਆਰਾ ਸਾਡਾ ਇਹ ਟੂਰ ਜਿਹੜਾ ਇਹ ਸਾਰਾ ਸਪੋਂਸਰ ਕੀਤਾ ਗਿਆ। ਸਾਡੇ ਹੋਰ ਵੀ ਬਹੁਤ ਸਾਰੇ ਸਪੋਂਸਰ ਹੈਗੇ ਨੇ, ਸਾਰੇ ਸਪੋਂਸਰ ਜਿਹੜੇ ਹੈਗੇ ਨੇ ਯੂਨੀਵਰਸਿਟੀ ਨਗਰ ਕੀਰਤਨ ਦੀ ਪਰੇਡ ਸਾਡੀ ਸਪੋਂਸਰ ਕਰ ਰਹੇ ਨੇ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਫਟਾਫਟ, ਫਿਰ ਚੱਲਦੇ ਹਾਂ ਆਪਾਂ ਕੀ ਕਹਿੰਦੇ ਹੁੰਦੇ ਆ ਮੇਲ ਬਾਕਸ ਵਾਲੇ ਪਾਸੇ, ਕਿਉਂਕਿ ਉਹਦੇ ਵਿੱਚੋਂ ਥੋੜ੍ਹੀ ਬਹੁਤ ਗੱਲਬਾਤ ਕਰਕੇ ਫਿਰ ਆਪਾਂ ਵਿਸ਼ੇ ਵੱਲ ਵੀ ਜਾਵਾਂਗੇ। ਅਤੇ ਅੱਜ ਮੇਰਾ ਇੱਕ ਵਿਸ਼ਾ ਪਰਸਨਲ ਸਮੱਸਿਆ ਕਹਿ ਲਓ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉਹ ਵੀ ਮੈਨੂੰ, ਮੈਂ ਮੇਰੇ ਖਿਆਲ ਤੁਸੀਂ ਜਵਾਬ ਵਧੀਆ ਦੇ ਸਕਦੇ। ਮੈਂ ਇੱਕ ਦੋ ਬੰਦੇ ਨੂੰ ਉੱਥੇ ਜਵਾਬ ਪੁੱਛਿਆ ਸੀਗਾ ਅਤੇ ਉਹ ਕਹਿੰਦੇ ਵੀ ਜਿੱਦਾਂ ਯਾਰ ਇੰਨਾ ਅਸੀਂ ਸ਼ੋਰ ਨਹੀਂ ਹੈਗੇ ਵੀ ਤੂੰ ਮੇਰੇ ਵਧੀਆ ਗੱਲ ਇਹ ਹੈ ਵੀ ਤੂੰ ਪ੍ਰੋਗਰਾਮ ਦੇ ਵਿੱਚ ਹੀ ਡਿਸਕਸ ਕਰ ਲਾ ਤਾਂ ਤੈਨੂੰ ਦਰਸ਼ਕ ਜਿਹੜੇ ਆ ਉਹ ਵਧੀਆ ਜਵਾਬ ਦੇ ਸਕਦੇ ਨੇ। ਚਲੋ ਮੇਰੀ ਸਮੱਸਿਆ ਕੀ ਹੈ ਉਹ ਬਾਅਦ ਦੀ ਗੱਲ ਕਰਦੇ ਹਾਂ। ਪਹਿਲਾਂ ਜਿਹੜੇ ਸਾਡੇ ਕੋਲ ਸਵਾਲ ਆਏ ਨੇ ਚੰਦ, ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੇਲ ਬਾਕਸ ਦੇ ਸੁਨੇਹ ਸੱਜਣਾ ਦੇ ਵਿੱਚ ਅਸੀਂ ਇਹ ਜਿਹੜਾ ਸੈਗਮੈਂਟ ਹੈਗਾ ਉਹਦੇ 'ਚ ਇਹ ਜਵਾਬ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। ਬੂਟਾ ਸਿੰਘ ਖੱਖ ਸਾਹਿਬ ਨਗੀਨਾ ਪੈਲਸ ਟਰਲਕ ਤੋਂ ਇਹਨਾਂ ਨੇ ਸਵਾਲ ਪੁੱਛਿਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰਿਸ਼ਵਤਖੋਰੀ ਹੁੰਦੀ ਹੈ, ਬਹੁਤ ਸਾਰੇ ਅਫਸਰ ਅਤੇ ਬਹੁਤ ਸਾਰੇ ਪੁਲਿਸ ਵਾਲੇ ਰਿਸ਼ਵਤ ਦੇ ਪੈਸੇ ਲੈਂਦੇ ਹਨ, ਪੰਜਾਬ ਦੀਆਂ ਸਰਕਾਰਾਂ ਜਾਂ ਪੰਜਾਬ ਦੇ ਲੀਡਰ ਉਹਨਾਂ ਨੂੰ ਮਨ੍ਹਾ ਕਿਉਂ ਨਹੀਂ ਕਰਦੇ ਜਾਂ ਉਹਨਾਂ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ। ਭਾਅ ਜੀ ਕਾਰਵਾਈ ਕਰ ਹੀ ਨਹੀਂ ਸਕਦੇ। ਇੱਕ ਕਹਿੰਦੇ ਹੁੰਦੇ ਨਾ ਹਮਾਮ ਦੇ ਵਿੱਚ ਸਾਰੇ ਨੰਗੇ ਆ, ਉਹੀ ਹਾਲ ਇਹਨਾਂ ਦਾ, ਕਾਰਵਾਈ ਕਰ ਹੀ ਨਹੀਂ ਸਕਦੇ। ਇੱਕ ਕੋਈ ਇਹ ਵੀ ਸੱਚੀ ਗੱਲ, ਚੰਡੀਗੜ੍ਹ ਦੀ ਮੁੰਡਾ ਕੋਈ ਵੱਡਾ ਹੋਇਆ, ਜਵਾਨ ਹੋਇਆ ਅਤੇ ਉਹ ਆਪਦੇ ਪਿਓ ਨੂੰ ਕਹਿੰਦਾ ਵੀ ਮੈਂ ਫਲਾਨੀ ਕੁੜੀ ਨੂੰ ਪਿਆਰ ਕਰਦਾ, ਮੈਂ ਉਹਦੇ ਨਾਲ ਵਿਆਹ ਕਰਾਉਣਾ ਹੈ। ਉਹਦਾ ਪਿਓ ਕਹਿੰਦਾ ਵੀ ਨਾ ਨਾ ਨਾ, ਉਸ ਕੁੜੀ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ, ਉਹਦੇ ਪਿਓ ਨਾਲ ਮੇਰੀ ਦੁਸ਼ਮਣੀ ਹੈ। ਅਤੇ ਮੁੰਡੇ ਦਾ ਅੱਗਿਓਂ ਜਵਾਬ ਸੀ ਵੀ ਬਾਪੂ ਡੈਡੀ ਤੂੰ ਤਾਂ ਬੋਲ ਹੀ ਨਾ, ਤੂੰ ਤਾਂ ਆਪ ਦੋ ਕਰਾਈ ਫਿਰਦਾ ਤਾਂ ਮੈਨੂੰ ਕਿਵੇਂ ਮਨ੍ਹਾ ਕਰੇਗਾ। ਉਹਦੇ 2 ਵਿਆਹ ਹੋਏ ਸੀ ਉਹਦੇ ਡੈਡੀ ਦੇ। ਸੋ ਇਹੀ ਹਾਲ ਇਹਨਾਂ ਦਾ ਵੀ ਜੇ ਕੋਈ ਲੀਡਰ ਕਹੂਗਾ, ਕੋਈ ਸਰਕਾਰ ਕਹੂਗੀ ਕਿਸੇ ਪੁਲਿਸ ਵਾਲਿਆਂ ਤੋਂ ਪੈਸੇ ਕਿਉਂ ਲੈਂਦਾ, ਉਹਨੇ ਕਹਿਣਾ ਤੂੰ ਤਾਂ ਆਪ ਮੈਨੂੰ ਦੁੱਗਣੇ ਲੈਂਦਾ, ਤੂੰ ਮੈਨੂੰ ਕਿਵੇਂ ਕਹਿ ਦੇਗਾ। ਸੋ ਇਸ ਕਰਕੇ ਪੰਜਾਬ ਦੇ ਵਿੱਚ ਕਾਰਵਾਈ ਜਿਹੜੀ ਉਹਦੀ ਹੋਣੀ ਬਹੁਤ ਔਖੀ ਹੈ ਇਸ ਮਾਮਲੇ ਦੇ ਵਿੱਚ, ਰਿਸ਼ਵਤਖੋਰੀ ਦੇ ਮਾਮਲੇ ਵਿੱਚ, ਕਿਉਂਕਿ ਆਵਾਈ ਉੱਤੇ ਹੈ। ਇੱਕ ਤੰਦ ਖਰਾਬ ਹੁੰਦਾ, ਤਾਣਾ ਹੀ ਖਰਾਬ ਹੈ ਜੀ। ਤਾਣਾ ਉਲਝਿਆ ਜਿਹੜਾ ਸੁਲਝਾਉਣ ਦੀ ਕੋਸ਼ਿਸ਼ ਲੋਕ ਕਰਦੇ ਨੇ ਪਰ ਇਹ ਬਾਅਦ ਦੇ ਵਿੱਚ ਨਹੀਂ ਹੁੰਦਾ। ਚਲੋ ਅਗਲਾ ਸਵਾਲ ਹੈ ਜੀ ਆਰ ਐਫ ਰੰਧਾਵਾ ਸਾਹਿਬ ਜੈਕਸਨ ਹਾਈਟ ਨਿਊਯਾਰਕ ਤੋਂ। ਵਾਹ ਜੀ ਵਾਹ, ਪੁਰਾਣੇ ਸ਼ਹਿਰ ਤੋਂ। ਇਹ ਕਹਿੰਦਾ ਜੀ ਮੇਰੀ ਬੀਵੀ ਸ਼ੋਪਿੰਗ ਲਈ ਜਦੋਂ ਜਾਂਦੀ ਆ ਤਾਂ ਟਾਈਮ ਬੜਾ ਲਾਉਂਦੀ ਆ, ਕੀ ਸਾਰੀਆਂ ਔਰਤਾਂ ਹੀ ਟਾਈਮ ਜ਼ਿਆਦਾ ਲਗਾਉਂਦੀਆਂ ਨੇ ਕਿ ਜਾਂ ਮੇਰੀ ਵਾਲੀ ਬੀਵੀ ਜਿਹੜੀ ਮੇਰੀ ਬੀਵੀ ਹੈ ਉਹੀ ਟਾਈਮ ਜ਼ਿਆਦਾ ਲਗਾਉਂਦੀ ਹੈ ਜੀ। ਕੀ ਜਵਾਬ ਦੇਈਏ ਇਹਦਾ। ਹੁਣ ਜਿੰਨੇ ਪ੍ਰੋਗਰਾਮ ਦੇਖਦੇ ਨੇ, ਜ਼ਰੂਰੀ ਨਹੀਂ ਕਿ ਸਾਰੀਆਂ ਔਰਤਾਂ ਇੱਕੋ ਜਿਹੀਆਂ ਹੁੰਦੀਆਂ, ਔਰਤਾਂ ਮੈਨੂੰ ਵੀ ਚੰਗੀਆਂ ਵੀ ਹੁੰਦੀਆਂ। ਫਟਾਫਟ ਚੋਇਸ ਚੱਕਿਆ, ਘਰੋਂ ਲਿਸਟ ਬਣਾ ਕੇ ਲਗਾਇਆ, ਫਟਾਫਟ ਸ਼ੋਪਿੰਗ ਕੀਤੀ, ਆ ਗਏ। ਅਤੇ ਟਾਈਮ ਜਿਹੜਾ ਲੱਗਦਾ ਉਹ ਲੱਗਦਾ ਮੇਰਾ ਖਿਆਲ ਔਰਤਾਂ ਨੂੰ ਇਹ ਜਿਹੜਾ ਆਪਣੀ ਕੋਈ ਚੀਜ਼ ਖਰੀਦਣੀ ਹੁੰਦੀ, ਉਹਨਾਂ ਨੇ ਆਪਣੇ ਪਾਉਣ ਵਾਲੇ ਕੱਪੜੇ ਖਰੀਦਣੇ ਹੁੰਦੇ, ਮੇਰੇ ਖਿਆਲ ਉਹਦੇ ਵਾਸਤੇ ਟਾਈਮ ਲੱਗਦਾ। ਔਰ ਜਿੱਥੇ ਤੱਕ ਮੇਰਾ ਖਿਆਲ ਹੈ ਤਕਰੀਬਨ ਜ਼ਿਆਦਾ ਨਹੀਂ ਤਾਂ 80-90% ਔਰਤਾਂ ਤਾਂ ਟਾਈਮ ਲਾਉਂਦੀਆਂ। ਹੁਣ ਕਹਿੰਦੇ ਹੁੰਦੇ ਸੀ ਵੀ ਗੁੱਸਾ ਨਾ ਕਰਿਓ ਗੱਲ ਦਾ, ਵੀ ਪਿੰਡਾਂ 'ਚ ਕਹਿੰਦੇ ਹੁੰਦੇ ਸੀ ਵੀ ਪਿੰਡਾਂ ਦੇ ਵਿੱਚ ਵੀ ਛੱਪੜ ਦੇ ਵਿੱਚੋਂ ਮੱਝ ਅਤੇ ਸ਼ਾਪਿੰਗ ਮੋਲ ਦੇ ਵਿੱਚੋਂ ਘਰਵਾਲੀ ਨੂੰ ਕੱਢਣਾ ਕੰਮ ਔਖਾ ਹੀ ਹੁੰਦਾ। ਪਰ ਜੇ ਅਸੀਂ ਗੱਲ ਕਰੀਏ ਟਾਈਮ ਲਾਉਂਦੀਆਂ ਕਿਉਂ ਨੇ, ਹੁਣ ਕਈ ਜਿਹੜੀਆਂ ਜਾਂਦੀਆਂ ਹੀ ਟਾਈਮ ਪਾਸ ਕਰਨ ਵਾਸਤੇ ਆ ਤਾਂ ਉਹਨਾਂ ਨੇ ਟਾਈਮ ਲਾਉਣਾ ਹੀ ਲਾਉਣਾ। ਇੱਕ ਕੋਈ ਜਨਾਨੀ
ਕੱਪੜਿਆਂ ਵਾਲੀ ਦੁਕਾਨ 'ਤੇ ਕੱਪੜੇ ਕਢਾਏ, ਆ ਹੋਰ ਰੰਗ ਦਿਖਾਓ, ਆ ਲਓ ਜੀ ਹੋਰ ਰੰਗ ਦਿਖਾਓ, ਆ ਲਓ ਜੀ। ਉਹਨਾਂ ਨੇ ਥਾਨਾਂ ਦੇ ਥਾਨ ਜਿਹੜੇ ਉਹਦੇ ਮੂਹਰੇ ਰੱਖਤੇ, ਥਾਨਾਂ ਦੇ ਥਾਨ। ਉਹਨੂੰ ਜਿਹੜਾ ਜਿਹਨੂੰ ਕੋਈ ਪਸੰਦ ਨਹੀਂ ਆਇਆ ਉਹਦੇ 'ਚ ਸੂਟ, ਅਤੇ ਉਹ ਕਹਿੰਦਾ ਭਾਈ ਚੱਲ ਜਦੋਂ ਹੋਰ ਮਾਲ ਆਇਆ ਫਿਰ ਦੱਸ ਦਿਓ, ਫਿਰ ਮੈਂ ਦੇਖ ਲੂੰਗੀ, ਫਿਰ ਪਸੰਦ ਕਰੂੰਗੀ, ਮੈਨੂੰ ਨਹੀਂ ਕੋਈ ਚੰਗਾ ਲੱਗਿਆ ਸੂਟ, ਰੰਗ ਹੀ ਨਹੀਂ ਕਿਸੇ ਦਾ ਚੱਜਦਾ ਹੈਗਾ। ਚਲੋ ਦੁਕਾਨਦਾਰ ਨੂੰ ਬੜਾ ਮਹਿਸੂਸ ਹੋਇਆ, ਉੱਠ ਕੇ ਠੰਡਾ ਠੰਡਾ ਵੀ ਪਿਆਇਆ ਸੀ ਪਹਿਲਾਂ ਵੈਸੇ ਭੈਣ ਜੀ ਨੂੰ, ਭੈਣ ਜੀ ਪੀਓ ਠੰਡਾ, ਭੈਣ ਜੀ ਪੀਓ ਠੰਡਾ। ਭੈਣ ਜੀ ਕਹਿ ਕੇ ਇੱਕ ਤਾਂ ਨਾ ਘਰ ਵਾਲੇ ਨੂੰ ਬੜਾ ਖੁਸ਼ ਕਰਦੇ, ਘਰ ਵਾਲਾ ਬੜਾ ਖੁਸ਼ ਹੁੰਦਾ ਵੀ ਦੇਖ, ਭੈਣ ਜੀ ਕਹਿੰਦਾ ਵੀ ਚਲੋ ਠੀਕ ਹੈ ਸੇਫ ਹੈ ਇੱਥੇ। ਇੰਨੀ ਵਾਰ ਭੈਣ ਜੀ ਕਹਿੰਦੇ ਉਹ, ਕਈ ਵਾਰੀ ਜਿਹੜੀ ਸੱਚੀ ਮੁੱਚੀ ਭੈਣ ਜੀ ਲੱਗਣ ਲੱਗ ਪੈਂਦੀ ਹੈ, ਘਰ ਵਾਲੇ ਨੂੰ ਭੈਣ ਜੀ ਲੱਗਣ ਲੱਗ ਪੈਂਦੀ। ਚਲੋ ਖੈਰ, ਉਹਨੇ ਕੱਪੜੇ ਕੁੱਪੜੇ ਦਿਖਾਏ ਨਹੀਂ, ਪਸੰਦ ਆਏ, ਠੰਡਾ ਠੁੰਡਾ ਪਿਆ, ਅਤੇ ਜਦੋਂ ਤੁਰਨ ਲੱਗੀ ਤਾਂ ਉਹ ਕਹਿੰਦੀ ਵੀ ਮੈਂ ਪਸੰਦ ਨਹੀਂ ਆਏ ਕੱਪੜੇ। ਦੁਕਾਨਦਾਰ ਹੱਥ ਬੰਨ ਕੇ ਖੜ ਗਿਆ ਵੀ ਭੈਣ ਜੀ ਮੁਆਫ਼ੀ ਚਾਹੁੰਦੇ ਹਾਂ, ਸਾਡੇ ਕੋਲ ਬੜੀ ਵਰਾਇਟੀ ਹੈ, ਤੁਹਾਨੂੰ ਸਾਡੀ ਦੁਕਾਨ 'ਚੋਂ ਕੋਈ ਕੱਪੜਾ ਪਸੰਦ ਨਹੀਂ ਆਇਆ, ਇਹਦੇ ਵਾਸਤੇ ਮੁਆਫ਼ੀ ਚਾਹੁੰਦੇ ਹਾਂ। ਨਾ ਨਾ ਭਾਈ, ਕਹਿੰਦੀ ਮੁਆਫ਼ੀ ਵਾਲੀ ਤਾਂ ਕਿਹੜੀ ਗੱਲ ਆ, ਮੈਂ ਵੀ ਸਬਜ਼ੀ ਲੈਣ ਆਈ ਸੀ, ਮੈਂ ਕਿਹਾ ਚੱਲ ਸੂਟ ਦੇਖ ਲਵਾਂ, ਇੱਦਾਂ ਫਿਰ ਟਾਈਮ ਲੱਗਣਾ ਹੀ ਹੈ। ਸਬਜ਼ੀ ਲੈਣ ਆਈ, ਜਦੋਂ ਲੇਡੀ ਸੂਟ ਦੇਖਦੀ ਉਦੋਂ ਟਾਈਮ ਫਿਰ ਲੱਗਦਾ ਹੀ ਹੈ। ਵੈਸੇ ਵੀ ਲੇਡੀਜ਼ ਦਾ ਕਈ ਵਾਰ ਗੱਲ ਕੀਤੀ ਹੈ, ਮੈਂ ਵੀ ਨਾਲ ਜਾਣ ਦਾ ਮੌਕਾ ਮਿਲਦਾ ਵਾਈਫ ਦੇ ਕਈ ਵਾਰੀ। ਅਤੇ ਚਲੋ ਸਭ ਤੋਂ ਪਹਿਲਾਂ ਜਿਹੜੇ ਸਟੋਰ 'ਚ ਵੜ ਜਾਓ, ਇੱਥੇ ਬਹੁਤ ਵੱਡੇ ਵੱਡੇ ਸਟੋਰ ਨੇ ਹੈਗੇ, ਸੈਕਰਾਮੈਂਟੋ ਵੀ, ਨਿਊਯਾਰਕ ਵੀ ਸੀਗੇ, ਉਸ ਸਟੋਰ ਦੇ ਵਿੱਚ ਪਹਿਲੇ ਸਟੋਰ ਦੇ ਵਿੱਚ ਕੋਈ ਚੀਜ਼ ਪਸੰਦ ਕਰ ਲਈ ਨਾ, ਉਦੋਂ ਬਾਅਦ ਕਹਿੰਦੇ ਇਹ ਨਹੀਂ, ਚੱਲ ਗਾਂਹ ਦੇਖ ਲਈਏ ਫੇਰ ਦੇਖ ਲਾਂਗੇ ਆ ਕੇ। ਸਾਰੇ ਸਟੋਰ ਘੁੰਮ ਕੇ ਥਕਾ ਕੇ ਫਿਰ ਉਸੇ ਸਟੋਰ 'ਚ ਆਉਣਾ, ਨਹੀਂ ਨਹੀਂ ਫਿਰ ਉਹ ਜਿਹੜੀ ਪਹਿਲੇ ਸਟੋਰ ਦੇਖੀ ਸੀ ਉਹੀ ਠੀਕ ਚੀਜ਼ ਠੀਕ ਹੈ, ਉੱਥੇ ਜਾਂਦੇ ਨੇ ਉਹ ਵੈਗੀ ਹੁੰਦੀ ਕਈ ਵਾਰੀ। ਸੋ ਇਹ ਚੀਜ਼ਾਂ ਹੈਗੀਆਂ, ਟਾਈਮ ਲੱਗਦਾ ਸਾਰਿਆਂ ਨੂੰ ਲੱਗਦਾ, ਇਹਦੇ 'ਚ ਕੋਈ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ, ਪਰ ਗੁੱਸਾ ਆ ਜਾਂਦਾ ਕਈ ਵਾਰੀ ਮੈਨੂੰ, ਜੇ ਆਪਣੀ ਗੱਲ ਕਰਾਂ ਜਾਂ ਮੇਰੇ ਯਾਰਾਂ ਦੋਸਤਾਂ ਦੀ ਗੱਲ ਕਰਾਂ, ਉਦੋਂ ਆਉਂਦਾ ਵੀ ਜਦੋਂ ਜਾਓ ਨਾਲ ਪਰਸ ਫੜਿਆ ਹੁੰਦਾ ਘਰ ਵਾਲੀ ਦਾ, ਨਾਲੇ ਮੋਬਾਈਲ ਫੜਿਆ ਹੁੰਦਾ ਘਰ ਦੇ ਵਿੱਚ, ਅਤੇ ਘਰ ਵਾਲੀ ਜਿਹੜੀ ਹੈ ਉਹ ਗਈ ਹੁੰਦੀ ਹੈ ਚੇਂਜ ਕਰਨ, ਟਰਾਈ ਰੂਮ ਦੇ ਵਿੱਚ ਚੇਂਜ ਕਰਕੇ, ਜਦੋਂ 10 ਕੁ ਵਾਰੀ ਸੂਟ ਉਹ ਦਿਖਾਉਂਦੀ ਵੀ ਜਾਂ ਕੱਪੜਾ ਕੋਈ ਦਿਖਾਉਂਦੀ ਹੈ, ਪੈਂਟ ਆ ਜਾਂ ਟੌਪ ਜੋ ਵੀ ਹੁੰਦਾ ਦਿਖਾਉਂਦੀ ਆ ਕੇ, ਅਤੇ ਉਦੋਂ ਜਦੋਂ ਪੁੱਛਣਾ ਵੀ ਕਿਹੋ ਜਿਹੀ ਲੱਗਦੀ, ਮੈਂ ਠੀਕ ਲੱਗਦਾ ਇਹ, ਉੱਥੇ ਬੰਦਾ ਦੋਨੇ ਪਾਸੇ ਫਸ ਜਾਂਦਾ। ਜੇ ਕਿਹਾ ਠੀਕ ਲੱਗਦਾ, ਲੈ ਤੁਸੀਂ ਤਾਂ ਕਹਿਣਾ ਹੀ ਹੈ ਠੀਕ ਲੱਗਦਾ, ਮੈਨੂੰ ਤਾਂ ਭੋਰਾ ਨਹੀਂ ਚੰਗਾ ਲੱਗਿਆ। ਜੇ ਕਿਹਾ ਨਹੀਂ ਠੀਕ ਲੱਗਦਾ ਤਾਂ ਫਿਰ ਵੀ ਪੰਗਾ, ਫੇਰ ਕਹਿਣਾ ਲੈ ਤੁਹਾਨੂੰ ਮੇਰੀ ਅੱਗੇ ਕਦੋਂ ਕਿਹੜੀ ਕੋਈ ਚੀਜ਼ ਪਸੰਦ ਆਈ ਹੈ ਮੇਰੀ ਖਰੀਦੀ ਹੋਈ ਜਿਹੜੀ ਅੱਜ ਆਊਗੀ, ਲੈ ਦੱਸ ਕੀ ਕਰੂੰ ਬੰਦਾ। ਚਲੋ ਇਹ ਔਖਾ ਲੱਗਦਾ, ਵੈਸੇ ਕੋਈ ਗੱਲ ਨਹੀਂ। ਚਲੋ ਖੈਰ ਆਪਾਂ ਫਟਾਫਟ ਹਰਨੀਤ ਕੌਰ ਸਾਂਦਲ ਸੈਂਟਾ ਰੋਜ਼ਾ ਤੋਂ ਇਹਨਾਂ ਨੇ ਪੁੱਛਿਆ ਕਿ ਕੀ ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ। ਹਾਂਜੀ, ਮੇਰੇ ਤਾਂ ਖਿਆਲ ਬਿਲਕੁਲ ਨਹੀਂ ਸਿੱਖਦਾ ਜੀ, ਕਿਉਂਕਿ ਵੋਟਾਂ ਦੀ ਗੱਲ ਕਰ ਲਈਏ ਤਾਂ ਲੀਡਰਾਂ ਨੂੰ ਵੋਟ ਪਾ ਕੇ ਪਾਰਟੀ ਸਰਕਾਰ ਬਣਾ ਕੇ ਅਸੀਂ ਲੋਕ ਕਹਿ ਦਿੰਦੇ ਆ ਜੀ ਯਾਰ ਗਲਤੀ ਹੋ ਗਈ ਐਤਕੀ ਇਹਨੂੰ ਬਣਾ ਕੇ, ਅਗਲੀ ਵਾਰ ਫੇਰ ਗਲਤੀ ਕਰਦੇ ਆ, ਤੀਜੀ ਵਾਰ ਫੇਰ ਕਰਦੇ ਆ, ਚੌਥੀ ਵਾਰ ਫੇਰ ਕਰਦੇ ਆ। ਬੰਦਾ ਵੀ ਚੰਗਾ ਭਲਾ ਵਿਆਹ ਕਰਾਇਆ ਹੁੰਦਾ, ਬਾਅਦ 'ਚ ਕਹਿੰਦਾ ਯਾਰ ਇਹ ਤਾਂ ਗਲਤੀ ਹੋ ਗਿਆ, ਕੰਮ ਗਲਤੀ ਜੀ ਹੋ ਗਈ, ਅਤੇ ਬਾਅਦ ਦੇ ਵਿੱਚ ਨਿਆਣੇ ਦੇ ਮਗਰ ਪਿਆ ਹੁੰਦਾ ਆਪਦੇ, ਤਾਂ ਮੁੰਡਾ ਵੱਡਾ ਹੁੰਦਾ, ਪੁੱਤ ਵਿਆਹ ਕਰਾ ਲਓ। ਕਹਿੰਦਾ ਵੀ ਤੂੰ ਬਾਪੂ ਕਹਿੰਦਾ ਵੀ ਗਲਤੀ ਹੋ ਗਈ, ਹੁਣ ਮੈਨੂੰ ਗਲਤੀ ਕਰਨ ਮਜਬੂਰ ਕਰਨਾ। ਸੋ ਸਿੱਖਦੇ ਹੈਗੇ ਨੇ, ਬਹੁਤ ਸਾਰੇ ਲੋਕ ਸਿੱਖਦੇ ਨੇ, ਬਹੁਤ ਸਾਰੇ ਨਹੀਂ ਸਿੱਖਦੇ। ਸਵਾਲ ਹੋਰ ਵੀ ਹੈ, ਪਰ ਸਮਾਂ ਜਿਹੜਾ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਮੇਰੇ ਖਿਆਲ ਬ੍ਰੇਕ ਤੋਂ ਬਾਅਦ ਤਾਂ ਫਿਰ ਵਿਸ਼ੇ ਵੱਲ ਹੀ ਜਾਣਾ ਪਏਗਾ, ਕਿਉਂਕਿ ਸਵਾਲ 3-4 ਹੋਰ ਸੀਗੇ ਮੇਰੇ ਕੋਲ, ਇਹਨਾਂ ਨੂੰ ਮੈਂ ਰਾਖਵੇਂ ਰੱਖ ਲੈਂਦਾ, ਫਿਰ ਤੁਹਾਡੇ ਨਾਲ ਸਾਂਝੇ ਕਰੂੰਗਾ। ਅਤੇ ਜਿਨ੍ਹਾਂ ਦੇ ਸਵਾਲ ਹੈਗੇ ਸੀਗੇ ਉਹਨਾਂ ਕੋਲੋਂ ਮੈਂ ਮੁਆਫ਼ੀ ਚਾਹੁੰਦਾ ਵੀ ਅੱਜ ਇਹ ਸਵਾਲ ਨਹੀਂ ਪੜ੍ਹ ਹੋਣਾ। ਬ੍ਰੇਕ ਤੋਂ ਬਾਅਦ ਫਿਰ ਪਹਿਲਾਂ ਤਾਂ ਮੈਂ ਆਪਣੀ ਸਮੱਸਿਆ ਦੱਸੂੰਗਾ, ਫਿਰ ਆਪਾਂ ਚੱਲਾਂਗੇ ਜੀ ਅੱਜ ਦੇ ਵਿਸ਼ੇ ਵੱਲ। ਅਤੇ ਤੁਸੀਂ ਵੀ ਪਹਿਲਾਂ ਮੇਰੀ ਸਮੱਸਿਆ ਦਾ ਹੱਲ ਦੱਸਣਾ, ਹੱਲ ਨਹੀਂ ਮਤਲਬ ਸਲਾਹ ਕਰਨੀ ਹੈ ਕਿ ਮੈਨੂੰ ਇੱਦਾਂ ਇਹ ਸਹੀ ਹੈ ਜਾਂ ਇਹਦੇ ਕਾਰਨ ਕੀ ਨੇ, ਵੀ ਇਹ ਘਰੇਲੂ ਓੜ ਪੋੜ ਦੀ ਗੱਲ ਹੈਗੀ ਆ। ਆਪਾਂ ਇੱਕ ਵਾਰੀ ਓੜ ਪੋੜ ਸਾਂਝੇ ਕੀਤੇ ਸੀ ਤੁਹਾਡੇ ਨਾਲ, ਆ ਵੇਲਾਂ ਨੂੰ ਜਿਹੜੀਆਂ ਲਾਉਂਦੇ ਘਰਾਂ ਦੇ ਵਿੱਚ ਕੱਦੂਆਂ ਦੀਆਂ ਜਾਂ ਵੇਲਾਂ ਨੂੰ, ਉਹ ਸੋਨੇ ਦਾ ਪਾਣੀ ਪਾਉਣ ਨਾਲ ਬੜਾ ਫਲ ਲੱਗਦਾ। ਸਾਨੂੰ ਮੁੜ ਕੇ ਫੋਨ ਕਾਫੀ ਆਏ ਸੀਗੇ ਜੀ, ਅਸੀਂ ਪਾਇਆ, ਸਾਡੇ ਤਾਂ ਲਹਿਰਾਂ ਬਾਰਾਂ ਹੋ ਗਈਆਂ, ਐਂ ਜੀ ਕਰਦਾ ਹੁਣ ਬਾਹਰ ਟੋਕਰਾ ਲਾ ਕੇ ਘਰ ਦੇ ਬਾਹਰ ਵੇਚਣੀ ਸ਼ੁਰੂ ਕਰ ਦਈਏ। ਸੋ ਇੱਦਾਂ ਦਾ ਹੀ ਇੱਕ ਇੱਦਾਂ ਦਾ ਹੀ ਪੁਆਇੰਟ ਇੱਕ ਹੋਰ ਹੈ, ਇੱਦਾਂ ਦਾ ਹੀ ਓੜ ਪੋੜ ਇੱਕ ਹੋਰ ਹੈ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ। ਸੋ ਉਹ ਬ੍ਰੇਕ ਤੋਂ ਬਾਅਦ ਕਰਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ। ਹਾਸਾ ਮੈਨੂੰ ਤਾਂ ਆ ਗਿਆ ਕਿ ਮੈਂ ਪਹਿਲਾਂ ਜਿੰਮੀ ਨੂੰ ਜਦ ਦੱਸਿਆ ਵੀ ਮੈਨੂੰ ਆਹ ਪ੍ਰੋਬਲਮ ਇੱਥੇ ਹੈਗੀ ਵੀ ਦਰਸ਼ਕਾਂ ਨਾਲ ਸਾਂਝੀ ਕਰਨੀ ਹੈ, ਪ੍ਰੋਬਲਮ ਨਹੀਂ ਖੈਰ ਗੱਲ ਕਰਦੇ ਹਾਂ। ਜਦੋਂ ਪੰਜਾਬ ਰਹਿੰਦੇ ਸੀ ਤਾਂ ਉੱਥੇ ਇਹ ਦੇਖਿਆ ਸੀ ਅਕਸਰ ਘਰਾਂ ਦੇ ਵਿੱਚ ਛੋਟੇ ਛੋਟੇ ਹੁੰਦੇ ਸੀ ਉਦੋਂ ਬਿੱਲੀਆਂ ਆ ਜਾਂਦੀਆਂ ਸੀ, ਬਿੱਲੀਆਂ ਨੇ ਦੁੱਧ ਜੂਠਾ ਕਰ ਜਾਣਾ, ਹੋਰ ਕੋਈ ਚੀਜ਼ ਖਰਾਬ ਕਰ ਜਾਣੀ ਘਰਾਂ ਦੇ ਵਿੱਚੋਂ, ਕੁੱਕੜੀਆਂ ਉਹ ਲੈ ਜਾਣੀਆਂ ਜਾਂ ਐਂ ਕਰਦੇ ਕਰਾਉਂਦੇ ਉਹ ਹੁੰਦਾ ਸੀਗਾ। ਅਤੇ ਮੈਨੂੰ ਇਹ ਸੀ ਵੀ ਚਲੋ ਉੱਥੇ ਇਹ ਮਾਹੌਲ ਸੀਗਾ, ਇੱਥੇ ਜਦੋਂ ਦੇ ਆਏ ਹਾਂ, ਜਦੋਂ ਨਿਊਯਾਰਕ ਸੀਗੇ ਤਾਂ ਉਦੋਂ ਖੈਰ ਬਾਹਲਾ ਵਾਹ ਵਾਸਤਾ ਇਹਨਾਂ ਚੀਜ਼ਾਂ ਦੇ ਨਹੀਂ ਪਿਆ, ਘਰਾਂ ਦੇ ਵਿੱਚ ਛੋਟੇ ਮਤਲਬ ਜਗ੍ਹਾ ਸੀ, ਵਿਹੜਾ ਵੂੜਾ ਹੈ ਨਹੀਂ ਸੀਗਾ।
ਇੱਥੇ ਜਦੋਂ ਆਏ ਹਾਂ ਜਨਵਰੀ ਤੋਂ ਤਾਂ ਉਦੋਂ ਇੱਕ ਰੂਟੀਨ ਜੀ ਬਣਾ ਲਈ, ਆਦਤ ਜੀ ਬਣਾ ਲਈ, ਪਿੱਛੇ ਵਿਹੜਾ ਜਿਹੜਾ ਹੈਗਾ ਘਰ ਦੇ ਜਿਹਨੂੰ ਬੈਕਯਾਰਡ ਆਪਾਂ ਕਹਿ ਦਿੰਦੇ ਹਾਂ, ਤਾਂ ਉੱਥੇ ਪੰਛੀਆਂ ਵਾਸਤੇ ਦਾਣੇ ਵਗੈਰਾ ਲਿਆ ਕੇ ਅਤੇ ਉਹ ਪਾ ਕੇ ਅਤੇ ਨਾਲ ਪਾਣੀ ਪੂਣੀ ਰੱਖਣ ਦੀ ਆਦਤ ਪਾਈ ਸੀਗੀ। ਚਲੋ 7-8 ਮਹੀਨੇ ਕੋਈ ਨਹੀਂ ਚੱਲੀ ਗਿਆ ਅਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਹੋਇਆ ਕੀ ਕਿ ਇੱਕ ਦਿਨ ਇੱਕ ਕਬੂਤਰ ਜ਼ਖਮੀ ਹਾਲਤ ਵਿੱਚ ਦੇਖਿਆ ਅਤੇ ਅਸੀਂ ਸੋਚਿਆ ਵੀ ਸ਼ਾਇਦ ਕੁਛ ਅੜ ਗਿਆ ਹੋਏਗਾ ਜਾਂ ਖੰਭ ਉਹਦਾ ਖਰਾਬ ਸੀਗਾ, ਉਹਨੂੰ ਕਰਕੇ ਕੋਸ਼ਿਸ਼ ਕੀਤੀ, ਚਲੋ ਚਲੇ ਗਿਆ ਅਤੇ ਅਸੀਂ ਕਿਹਾ ਵੈਸੇ ਹੀ ਹੋਣਾ। ਅਤੇ ਘਰਦੇ ਕਹਿੰਦੇ ਵੀ ਨਹੀਂ ਇਹ ਬਿੱਲੀ ਆਉਂਦੀ ਕੋਈ। ਮੈਂ ਕਿਹਾ ਬਿੱਲੀਆਂ ਬਾਹਰਲੇ ਮੁਲਕਾਂ ਦੇ ਵਿੱਚ ਬਿੱਲੀਆਂ ਕੋਈ ਇੰਨਾ ਟਾਈਮ ਕਿੱਥੇ ਵੀ ਹੈ, ਕਬੂਤਰਾਂ ਮਗਰ ਤੁਰੀਆਂ ਫਿਰ ਉਹਨਾਂ ਨੂੰ ਇੰਨਾ ਵਧੀਆ ਖਾਣਾ ਮਿਲਦਾ। ਚਲੋ ਗੱਲ ਗਈ ਇਹ ਹੋ ਗਈ ਅਤੇ 2-4 ਦਿਨ ਬਾਅਦ ਇੱਕ ਹੋਰ ਕਬੂਤਰ 'ਤੇ ਇੱਦਾਂ ਹੀ ਹਮਲਾ ਹੋਇਆ ਅਤੇ ਉਹਦੇ ਵੀ ਖੂਨ ਵਗੈਰਾ ਨਿਕਲਦਾ ਸੀ ਅਤੇ ਫਿਰ ਮੈਨੂੰ ਲੱਗਿਆ ਵੀ ਵਾਕਿਆ ਕੋਈ ਬਿੱਲੀ ਆਉਂਦੀ। ਅਤੇ ਇੱਕ ਦਿਨ ਫਿਰ ਮੈਂ ਪਰਸੋਂ ਚੌਥ ਮੈਂ ਦੇਖੀ ਬਿੱਲੀ, ਜਦੋਂ ਕਬੂਤਰ ਦਾਣੇ ਚੁਗਦੇ ਆ ਸਾਰੇ ਜਣੇ ਇਕੱਠੇ ਗਰੁੱਪ ਜਿਹਾ ਬਣ ਜਾਂਦਾ ਅਤੇ ਉਦੋਂ ਫਿਰ ਝੌੜ ਲਾ ਕੇ ਆਉਂਦੀ, ਚਿੱਟੀ ਬਿੱਲੀ ਹੈ। ਉਹਨੇ ਜਦੋਂ ਛਾਲ ਮਾਰੀ ਤਾਂ ਮੈਂ ਦੇਖਿਆ ਤਾਂ ਮੈਂ ਫਿਰ ਉਹ ਬਿੱਲੀ ਭਜਾਈ, ਚਲੋ ਇੱਕ ਵਾਰ ਤਾਂ ਭਜਾ ਤੀ। ਪਰ ਉਦੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ, ਜਿਵੇਂ ਪਿਛਲੀ ਵਾਰ ਦੱਸਿਆ ਸੀ ਵੀ ਵੇਲਾਂ ਨੂੰ ਲੱਗਦੇ ਨਹੀਂ ਹੈਗੇ ਫਲ ਨਹੀਂ, ਉਹ ਲੱਗਦਾ ਨਹੀਂ, ਕੱਦੂ ਕੁੱਦੂ ਲੱਗ ਜਾਣੇ ਸੜ ਜਾਂਦੇ ਨੇ, ਤਾਂ ਕਿਸੇ ਨੇ ਦੱਸਿਆ ਸੀ ਵੀ ਸੋਨੇ ਦਾ ਪਾਣੀ ਪਾਓ ਤਾਂ ਠੀਕ ਹੋਊ, ਤਾਂ ਹੋ ਗਏ ਸੀਗੇ। ਫਿਰ ਸਾਨੂੰ ਕਿਸੇ ਨੇ ਇਹ ਦੱਸਿਆ, ਪਹਿਲਾਂ ਮੈਂ ਸੋਚਿਆ ਵੀ ਬਿੱਲੀ ਹੁਣ ਕਬੂਤਰ ਆਉਂਦੇ ਵਿਚਾਰੇ ਖਾਣਾ ਖਾਣ, ਚਿੜੀਆਂ ਆਉਂਦੀਆਂ ਨੇ, ਬਿੱਲੀ ਉਹਨਾਂ 'ਤੇ ਹਮਲਾ ਕਰਦੀ ਹੈ। ਵੀ ਪੰਜਾਬ ਦੇ ਵਿੱਚ ਤਾਂ ਹੁਣ ਬਿੱਲੀਆਂ ਹੁੰਦੀਆਂ ਸੀਗੀਆਂ ਜੰਗਲੀ ਬਿੱਲੀਆਂ, ਬਾਹਰ ਬਿੱਲੀਆਂ ਤੁਰੀਆਂ ਫਿਰਦੀਆਂ, ਆਵਾਰਾ ਬਿੱਲੀਆਂ ਹੁੰਦੀਆਂ, ਇੱਥੇ ਦੀਆਂ ਬਿੱਲੀਆਂ ਤਾਂ ਪੜ੍ਹੀਆਂ ਲਿਖੀਆਂ ਬਿੱਲੀਆਂ, ਪੜ੍ਹੀਆਂ ਲਿਖੀਆਂ ਤਾਂ ਭਾਵੇਂ ਬਾਹਰਲੇ ਮਿਲਕਾਂ ਦੇ ਵਿੱਚ ਸਿਆਣੀਆਂ ਬਿੱਲੀਆਂ ਕਹਿ ਸਕਦੇ ਹਾਂ, ਘਰਾਂ ਦੇ ਵਿੱਚ ਪਾਲਤੂ ਬਿੱਲੀਆਂ ਨੇ, ਉਹਨਾਂ ਨੂੰ ਬੜੇ ਨਿਆਣਿਆਂ ਵਾਂਗੂ ਰੱਖਿਆ ਜਾਂਦਾ, ਅਤੇ ਉਹ ਕਿਉਂ ਇਹ ਕਰਦੀਆਂ, ਕਿਉਂ ਜਾ ਕੇ ਹਮਲਾ ਕਰਦੀਆਂ ਕਬੂਤਰਾਂ 'ਤੇ, ਮੈਨੂੰ ਮੇਰੀ ਗੱਲ ਪਹਿਲੀ ਗੱਲ ਤਾਂ ਇਹ ਸਮਝ ਤੋਂ ਬਾਹਰ ਹੈ। ਫਿਰ ਮੈਂ ਸੋਚਿਆ ਵੀ ਕਬੂਤਰ ਵਿਚਾਰੇ ਵੀ ਕੀ ਸੋਚਦੇ ਹੁਣ, ਵੀ ਕੈਸਾ ਟੱਬਰ ਆ ਇਹ, ਪਹਿਲਾਂ ਸਾਨੂੰ ਦਾਣੇ ਪਾ ਦਿੰਦਾ ਮਗਰ ਸਾਡੇ ਬਿੱਲੀ ਛੱਡ ਦਿੰਦਾ। ਪਰ ਉਹਨਾਂ ਨੂੰ ਹੁਣ ਇਹ ਤਾਂ ਦੱਸ ਨਹੀਂ ਸਕਦੇ ਵੀ ਭਾਈ ਬਿੱਲੀ ਅਸੀਂ ਨਹੀਂ ਛੱਡਦੇ, ਇਸ ਤਾਂ ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਤੁਹਾਨੂੰ। ਚਲੋ ਸਵਾਲ ਇਹ ਹੈ ਕਿ ਪਹਿਲੀ ਗੱਲ ਤਾਂ ਇੱਧਰਲੀਆਂ ਬਿੱਲੀਆਂ ਇਹ ਕਿਉਂ ਕਰਦੀਆਂ, ਪਾਲਤੂ ਬਿੱਲੀਆਂ ਜਿਹਨੂੰ ਘਰ ਚੰਗਾ ਭਲਾ ਖਾਣ ਪੀਣ ਨੂੰ ਮਿਲਦਾ, ਨਿਆਣਿਆਂ ਨਾਲੋਂ ਵਧੀਆ ਖਾਣ ਨੂੰ ਮਿਲਦਾ ਕੁੱਤੇ ਬਿੱਲੀਆਂ ਨੂੰ ਘਰੇ, ਹਜੇ ਨਿਆਣਿਆਂ ਵਾਸਤੇ ਬ੍ਰੈਡ ਜਿਹੜਾ ਆਂਡੇ ਤਾਂ ਉਹ ਹੋ ਸਕਦਾ ਦਿਹਾੜੀ ਡੰਗ ਲੇਟ ਹੋ ਜਾਣ, ਇਹਨਾਂ ਦਾ ਖਾਣਾ ਤਾਂ ਲੇਟ ਨਹੀਂ ਕਰ ਸਕਦੇ। ਦੂਜਾ ਸਵਾਲ ਫਿਰ ਮੈਨੂੰ ਇਹ ਕਿਸੇ ਨੇ ਦੱਸਿਆ ਵੀ ਤੁਸੀਂ ਐਂ ਕਰੋ ਕਿ ਆਪਣੇ ਘਰ ਦੇ ਵਿੱਚ ਵਿਹੜੇ ਦੇ ਵਿੱਚ ਖਾਲੀ ਬੋਤਲਾਂ ਜਿਹੜੀਆਂ ਹੁੰਦੀਆਂ ਪਾਣੀ ਵਾਲੀਆਂ, ਉਹਨਾਂ ਵਿੱਚ ਪਾਣੀ ਭਰ ਕੇ ਸੁੱਟ ਦਿਓ, ਉਹਦੇ ਨਾਲ ਬਿੱਲੀ ਨਹੀਂ ਆਏਗੀ। 2 ਜਣਿਆਂ ਨੇ ਮੈਨੂੰ ਇਹ ਕਿਹਾ, ਉਹ ਕੀਤਾ ਤਾਂ ਹਜੇ ਤੱਕ ਤਾਂ ਬਿੱਲੀ ਆਈ ਨਹੀਂ, ਪਰ ਮੇਰੀ ਇਹ ਵੀ ਸਮਝ ਤੋਂ ਬਾਹਰ ਆ ਵੀ ਪਾਣੀ ਦੀਆਂ ਬੋਤਲਾਂ ਨਾਲ ਬਿੱਲੀ ਦਾ ਕੀ ਕੰਸਰਨ ਹੈਗਾ। ਸੋ ਇਹ ਮੈਂ ਅੱਜ ਤੁਹਾਡੇ ਨਾਲ ਪਹਿਲਾਂ ਗੱਲ ਕਰਨੀ ਚਾਹੁੰਦਾ, ਉਦੋਂ ਬਾਅਦ ਵਿਸ਼ਾ ਮੇਰੇ ਕੋਲ ਹੈਗਾ ਬਕਾਇਦਾ, ਪਹਿਲਾਂ ਤਾਂ ਇਹਦੀ ਗੱਲ ਮੇਰੇ ਖਿਆਲ ਨਿਪਟਾ ਲਈਏ, ਫਿਰ ਵਿਸ਼ੇ ਵਾਲੇ ਪਾਸੇ ਚੱਲਾਂਗੇ, ਤੁਹਾਡੀਆਂ ਗੱਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਘਰਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਬਿੱਲੀਆਂ ਜਿਹੜੀਆਂ ਨੇ ਉਹ ਪਾਲਤੂ ਬਿੱਲੀਆਂ ਜਿਹਨੂੰ ਅਸੀਂ ਕਹਿੰਦੇ, ਕਿਉਂ ਉਹ ਇੱਦਾਂ ਕਬੂਤਰਾਂ ਮਗਰ ਜਾਂ ਪੰਛੀਆਂ ਮਗਰ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ, ਸਾਰੇ ਹੀ ਕਰਦੀਆਂ ਨੇ, ਜਾਂ ਇਹ ਸਾਡੀਆਂ ਗੁਆਂਢ ਦੇ ਵਿੱਚ ਇੱਕ ਕਾਲੀ ਬਿੱਲੀ ਇੱਕ ਚਿੱਟੀ ਹੈ, ਕਾਲੇ ਵਾਲੀ ਥੋੜ੍ਹੀ ਸਾਊ ਹੈ, ਕਾਲੀ ਵਾਲੀ ਨਹੀਂ ਇੱਦਾਂ ਕਦੇ ਦੇਖਦੀ ਵਾਰਾ ਕਰਦੀ, ਜਿਹੜੀ ਚਿੱਟੀ ਬਿੱਲੀ ਹੈ ਉਹ ਕਦੇ ਉੱਧਰ ਨੂੰ ਤੁਰੀ ਫਿਰਦੀ ਹੁੰਦੀ, ਕਦੇ ਉੱਧਰ ਨੂੰ ਤੁਰੀ ਫਿਰਦੀ ਹੁੰਦੀ ਆ, ਗੰਦ ਪਾ ਜਾਂਦੀ ਆ ਕੇ ਇੱਧਰ ਘਰਾਂ ਦੇ ਵਿੱਚ। ਅਤੇ ਕੀ ਹੋਰ ਵੀ ਇੱਦਾਂ ਹੈਗੀਆਂ ਬਿੱਲੀਆਂ ਜਾਂ ਇਹੀ ਹੈਗੀਆਂ, ਜਾਂ ਸਾਨੂੰ ਕੀ ਕਰਨਾ ਚਾਹੀਦਾ, ਜਾਂ ਪਾਣੀ ਦੀਆਂ ਬੋਤਲਾਂ ਬਿੱਲੀਆਂ ਨਾਲ ਕੀ ਸੰਬੰਧ, ਇਹ ਮੈਨੂੰ ਜ਼ਰੂਰ ਤੁਸੀਂ ਦੱਸਿਓ, ਮੈਂ ਕਾਲਾ ਸਿਲਸਿਲਾ ਸ਼ੁਰੂ ਕਰ ਲਾਂਗਾ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵਾਲੇ ਪਾਸੇ ਚੱਲਾਂਗੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਥੋਂ ਬੋਲ ਰਹੇ ਹੋ? ਅੱਛਾ ਜੀ, ਅੱਛਾ, ਸਵਾਗਤ ਹੈ ਜੀ। ਮੈਂ ਵਿਸ਼ੇ ਵੱਲ ਹਜੇ ਗਿਆ ਨਹੀਂ, ਇਹ ਬਿੱਲੀਆਂ ਦਾ ਰੌਲਾ, ਬਿੱਲੀਆਂ ਉਹ ਬਾਹਰਲੇ ਮੁਲਕਾਂ 'ਚ ਹੁੰਦੀਆਂ, ਇਹਦਾ ਪੈਂਦੀਆਂ ਪੰਛੀਆਂ ਪੁੱਛੀਆਂ ਨੂੰ? ਵੀਰ ਜੀ ਐਕਚੁਅਲੀ ਨਾ ਮੈਂ ਤੁਹਾਡੇ ਨਾਲ ਬ੍ਰੇਕ ਵਿੱਚ ਗੱਲ ਕਰ ਸਕਦੀ ਹਾਂ, ਮੈਂ ਕੋਈ ਬ੍ਰੇਕ ਵਿੱਚ ਗੱਲ ਕਰਨੀ ਸੀ ਤੁਹਾਡੇ ਨਾਲ। ਠੀਕ ਹੈ ਜੀ, ਮੈਂ ਤੁਹਾਡਾ ਨੰਬਰ ਜਿਹੜਾ ਉਹ ਨੋਟ ਕਰ ਲੈਣਾ ਅਤੇ ਬ੍ਰੇਕ ਦੇ ਵਿੱਚ ਗੱਲ ਕਰ ਤੁਹਾਨੂੰ ਕਰ ਲੈਣਾ ਤੁਸੀਂ। ਤੇ ਵੈਸੇ ਹਾਂਜੀ, ਨਿਊ ਜਰਸੀ ਤੋਂ ਬੋਲਦੀ ਹਾਂ ਜੀ ਮੈਂ। ਲਾਸਟ ਨੰਬਰ ਹੈਗਾ ਤੁਹਾਡਾ 33? ਨਹੀਂ ਨਹੀਂ, 3764। ਮੈਂ ਐਨਕਾ ਲਾ ਲਈਆਂ ਜੀ ਹੁਣ। ਕੋਈ ਨਹੀਂ ਕੋਈ ਨਹੀਂ, ਮੈਨੂੰ ਵੀ ਐਨਕਾ ਲਾਉਣੀਆਂ ਪੈਂਦੀਆਂ ਨੇ। ਹਾਂਜੀ, ਪਰ ਜੇ ਤੁਸੀਂ ਹੋਲਡ ਕਰਨਾ ਹੋਲਡ ਕਰ ਲਓ, ਤੇ ਨਹੀਂ ਮੈਂ ਹੋਲਡ ਕਰਨਾ ਜੀ, ਹੋਲਡ ਕਰਨਾ ਤਾਂ ਬਹੁਤ ਮਿਹਰਬਾਨੀ ਜੀ। ਨਹੀਂ ਮੈਂ ਹੋਲਡ ਕਰਨਾ, ਮੈਂ ਹੋਲਡ ਕਰਕੇ ਤੁਹਾਡੇ ਨਾਲ ਗੱਲ ਜਿਹੜੀ ਉਹ ਕਰ ਲੂੰਗਾ ਤਾਂ ਫਿਰ ਠੀਕ। ਹਾਂਜੀ ਹੋਲਡ 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 ਰੱਖ ਲਈਏ ਜੀ, ਮੈਂ ਕੋਈ ਗੱਲ। ਠੀਕ ਹੈ ਜੀ, ਠੀਕ ਹੈ, ਥੋੜੀ ਦੇਰ ਹੋਲਡ ਰੱਖਣਾ ਪੈਣਾ। ਅੱਛਾ, ਗੱਲ ਜਿਹੜੀ ਇਹ ਮੈਂ ਕੀਤੀ ਆ ਪੰਜਾਬ ਦੀ ਗੱਲ ਕਰੀਏ, ਤੇ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਮਾਹੌਲ ਬੜਾ ਹੁੰਦਾ ਸੀਗਾ, ਬਚਾ ਕੇ ਰੱਖਣਾ ਪੈਂਦਾ ਸੀ ਬਹੁਤ ਜ਼ਿਆਦਾ, ਤੇ ਇਧਰਲੇ ਮੁਲਕਾਂ ਦੇ ਵਿੱਚ ਇਸ ਚੀਜ਼ ਮੈਂ ਪਹਿਲੀ ਵਾਰ ਦੇਖੀ ਆ ਕਿ ਇਸ ਤਰ੍ਹਾਂ ਜਿਹੜੀ ਕੋਈ ਪਾਲਤੂ ਬਿੱਲੀ ਹੈਗੀ ਆ ਉਹਨੂੰ ਇਸ ਤਰ੍ਹਾਂ ਦੀ ਆਦਤ ਕਿ ਉਹ ਜਾ ਕੇ ਘਰਾਂ ਦੇ ਵਿੱਚ ਤੂਏ ਦੇ ਗੰਦ ਪਾਵੇ।
ਜਾਂ ਇਹਦੇ ਵਾਸਤੇ ਕੀ ਕਰਨਾ ਚਾਹੀਦਾ, ਸ਼ਿਕਾਇਤ ਕਰਨੀ ਚਾਹੀਦੀ ਕਿ ਕੀ ਕਰਨਾ ਚਾਹੀਦਾ? ਤੁਸੀਂ ਵੀ ਸੋਚਦੇ ਹੋ ਕਿਹੋ ਜਿਹਾ ਕੁੱਤੇ ਮਿਲਿਆ ਵਾਲਾ ਅੱਜ ਵਿਸ਼ਾ ਜਿਹੜਾ ਉਹ ਲੈ ਕੇ ਬੈਠ ਗਿਆ। ਪਰ ਵਿਸ਼ਾ ਜਿਹੜਾ ਵਿਸ਼ੇ ਵੱਲ ਵੀ ਚਲੋ ਆਪਾਂ ਫਟਾਫਟ ਚਲੇ ਜਾਂਦੇ ਹਾਂ ਅਤੇ ਨਾਲ ਦੀ ਨਾਲ ਬ੍ਰੇਕ ਤੋਂ ਬਾਅਦ ਵਿਸ਼ੇ 'ਤੇ ਵੀ ਗੱਲ ਕਰਾਂਗੇ ਅਤੇ ਇਹਨਾਂ ਨਾਲ ਭੈਣ ਜੀ ਹੁਣਾਂ ਬ੍ਰੇਕ ਦੇ ਵਿੱਚ ਗੱਲ ਕਰਾਂਗੇ। ਵਿਸ਼ਾ ਇਹ ਹੈਗਾ ਵੀ ਜਦੋਂ ਸਾਡੇ ਘਰ ਪਹਿਲੇ ਸਮੇਂ ਦੇ ਵਿੱਚ ਮਹਿਮਾਨ ਕੇ ਆਉਂਦਾ ਸੀ ਤਾਂ ਚਾਹ ਚੜ੍ਹ ਜਾਂਦਾ ਸੀਗਾ, ਹੁਣ ਥੋੜ੍ਹੇ ਜਿਹੇ ਘੱਟ ਗਿਆ। ਹੁਣ ਤਾਂ ਬਾਹਰਲੇ ਮੁਲਕਾਂ ਨਿਆਣੇ ਵੀ ਕਹਿ ਦਿੰਦੇ ਮੰਮੀ ਡੈਡੀ ਨੂੰ ਵੀ ਬਸ ਫਲਾਨੀ ਆਂਟੀ ਅਤੇ ਫਲਾਨੀ ਅੰਕਲ ਮਹਿਮ ਜਦੋਂ ਗੈਸਟ ਆਉਂਦੇ ਸਾਨੂੰ ਵਧੀਆ ਲੱਗਦੇ, ਬਾਕੀ ਹੋਰ ਕੋਈ ਗੈਸਟ ਆਉਂਦਾ ਤੁਹਾਡਾ ਉਹਨਾਂ ਦਾ ਦੋਸਤ ਮਿੱਤਰ ਰਿਸ਼ਤੇਦਾਰ ਸਾਨੂੰ ਨਹੀਂ ਚੰਗਾ ਲੱਗਦਾ ਹੈਗਾ। ਇਹ ਗੈਸਟ ਆਉਂਦੇ ਸੀ ਘਰਾਂ ਦੇ ਵਿੱਚ, ਪ੍ਰਾਹੁਣਿਆਂ ਦੇ ਨਾਲ ਹੀ ਚਾਹ ਕੀਤੇ ਜਾਂਦੇ ਸੀ। ਪਹਿਲਾਂ ਪ੍ਰਾਹੁਣੇ ਜਦੋਂ ਆਉਂਦੇ ਸੀ ਬੜਾ ਚਾਹ ਕੀਤਾ ਜਾਂਦਾ ਸੀ, ਉਹਨਾਂ ਦਾ ਆਓ ਭਗਤ ਕੀਤੀ ਜਾਂਦੀ ਸੀ। ਪਰ ਜਦੋਂ ਬਾਅਦ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਹੋਈ ਕਿ ਹੁਣ ਪ੍ਰਾਹੁਣਿਆਂ ਦਾ ਰਿਵਾਜ਼ ਘੱਟ ਗਿਆ ਅਤੇ ਉਸ ਤੋਂ ਬਾਅਦ ਪ੍ਰਾਹੁਣਿਆਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਗੈਸਟ ਕਹਿ ਦਿੰਦੇ ਹਾਂ। ਇੱਕ ਹੁੰਦੇ ਪੇਇੰਗ ਗੈਸਟ, ਜਿਹਦਾ ਕਿ ਇੱਧਰਲੇ ਮੁਲਕਾਂ 'ਚ ਵੀ ਬਹੁਤ ਰਿਵਾਜ਼, ਹੋਲਡ ਰੱਖੋ ਜੀ ਮਾੜਾ ਜਿਹਾ, ਇੱਧਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਰਿਵਾਜ਼ ਆ ਪੇਇੰਗ ਗੈਸਟ ਦਾ, ਅਤੇ ਪੰਜਾਬ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਉੱਥੇ ਪੇਇੰਗ ਗੈਸਟ ਦਾ ਬਹੁਤ ਰਿਵਾਜ਼ ਆ। ਮੁੰਡੇ ਕੁੜੀਆਂ ਜਿਨ੍ਹਾਂ ਨੂੰ ਪੈਸੇ ਲੈ ਕੇ ਗੈਸਟ ਬਣਾਇਆ ਜਾਂਦਾ, ਰੋਟੀ ਪਾਣੀ ਨਾਲ ਦਿੱਤਾ ਜਾਂਦਾ। ਕਨੇਡਾ ਦੇ ਵਿੱਚ ਅਸੀਂ ਬਹੁਤ ਸਾਰੇ ਹਾਲਾਤ ਦੇਖੇ ਨੇ ਪੇਇੰਗ ਗੈਸਟ ਦੇ, ਪਰ ਪੰਜਾਬ ਦੇ ਅੰਕੜੇ ਇਹ ਕਹਿੰਦੇ ਨੇ, ਚੰਡੀਗੜ੍ਹ ਦੇ ਅੰਕੜੇ ਇਹ ਕਹਿੰਦੇ ਨੇ ਕਿ ਅਪਰਾਧ ਵਧਾਉਣ ਦੇ ਵਿੱਚ ਪੇਇੰਗ ਗੈਸਟਾਂ ਦਾ ਬਹੁਤ ਵੱਡਾ ਯੋਗਦਾਨ ਆ। ਪਹਿਲਾਂ ਆਪਾਂ ਜਿਹੜੀ ਕਾਲ ਆ ਉਹ ਮੇਰੀ ਸਮੱਸਿਆ ਦਾ ਹੱਲ ਪੁੱਛ ਲੈਂਦੇ ਕੀ ਕਹਿੰਦੇ ਨੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਟੀਵੀ ਦੀ ਆਵਾਜ਼ ਘੱਟ ਕਰੋ ਜੀ। ਹੈਲੋ ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰੋ ਜੀ, ਹੋਰ ਰੱਖ ਮੈਂ ਅਗਲੀ ਕਾਲ ਲੈਣਾ ਹੁੰਦੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਟੀਵੀ ਦੀ ਆਵਾਜ਼ ਕੱਟ ਕਰਕੇ ਜੀ। ਹਾਂਜੀ, ਗਿਆਨ ਸਿੰਘ ਜੀ। ਹਾਂਜੀ ਹਾਂਜੀ ਜੀ, ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤਾਂ ਮੇਰੀ ਸਮੱਸਿਆ ਦਾ ਹੱਲ ਦੱਸੋ, ਇਹ ਹੁੰਦਾ ਇੱਦਾਂ ਕਿ ਕੀ ਹੈ? ਨਹੀਂ, ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਜਿੰਨੀ ਕਿ ਮੇਰੀ ਨੌਲੇਜ ਹੈ ਨਾ, ਕੋਈ ਜਾਨਵਰ ਹੋਵੇ ਕੋਈ ਕਿਸੇ ਤਰ੍ਹਾਂ ਦਾ ਵੀ, ਜਿਵੇਂ ਸ਼ੇਰ ਕਹਿੰਦੇ ਘਾਹ ਨਹੀਂ ਖਾਂਦਾ ਭੁੱਖਾ ਮਰ ਜੋ ਮਾਸ ਹੀ ਖਾਊਗਾ, ਇੱਦਾਂ ਬਿੱਲੀਆਂ ਦੀ ਖੁਰਾਕ ਵੀ ਵੈਸੇ ਮਾਸ ਹੀ ਹੈਗਾ। ਚੂਹੇ ਅੱਗੇ ਘਰਾਂ 'ਚ ਬਿੱਲੀਆਂ ਹੁੰਦੀਆਂ ਸੀ ਨਾ, ਉਹ ਚੂਹੇ ਚਾਹੇ ਮਾਰਨ ਵਾਸਤੇ ਆਮ ਤੌਰ 'ਤੇ ਉਹਨਾਂ ਤੋਂ ਕੰਮ ਲਿਆ ਜਾਂਦਾ ਸੀਗਾ ਅਤੇ ਉਹ ਉਹਨਾਂ ਨਾਲ ਗੁਜ਼ਾਰਾ ਚੱਲਦਾ ਸੀ ਉਹਨਾਂ ਦਾ। ਅਤੇ ਸੋ ਇਹ ਬਿੱਲੀ ਦਾ ਜਿਹੜਾ, ਬਿੱਲੀ ਦੀ ਜਿਹੜੀ ਖੁਰਾਕ ਆ ਉਹ ਮੀਟ ਹੀ ਹੈਗਾ ਆ ਅਸਲ ਦੇ ਵਿੱਚ, ਠੀਕ ਨਹੀਂ? ਪਰ ਘਰਾਂ ਦੇ ਵਿੱਚ ਮੀਟ ਪਾਉਂਦੇ ਨੇ ਬਿੱਲੀਆਂ ਨੂੰ ਜਿਹੜੇ? ਮੇਰੀ ਬਾਕੀ ਮੇਰੀ ਪੱਕੀ ਗੱਲ ਸੁਣਨਾ ਸਾਰੀ, ਜੋ ਮਰਜ਼ੀ ਪਾਈ ਜਾਓ, ਹੈਬਿਟ ਥੋੜੋ ਬੰਦੇ ਦੀ ਜਾਂਦੀ, ਬੰਦੇ ਨੇ ਜਿਹੜੇ ਮਰਜ਼ੀ ਤੁਸੀਂ ਆਪਣਾ ਸਮਝਾਈ ਜਾਓ ਕੀ ਬੰਦਾ ਸਮਝੋ ਤੁਹਾਡਾ ਮਤਲਬ ਨਹੀਂ, ਉਹ ਹੈਬਿਟ ਨਹੀਂ ਜਾਂਦੀ ਬੰਦੇ ਦੀ। ਉਹ ਇਹ ਆ ਕਿ ਜਿਹੜੀਆਂ ਬੱਚੇ ਜਿਹੜੇ ਹੈਗੇ ਨੇ ਬਿੱਲੀਆਂ ਘਰਾਂ 'ਚ, ਬਿੱਲੀਆਂ ਦੇ ਚੂਹੇ ਇਕੱਠੇ ਵੀ ਹੈ ਘਰਾਂ 'ਚ, ਉਹ ਵੀ ਦੇਖੇ ਮੈਂ ਕਈਆਂ ਘਰਾਂ 'ਚ, ਚੂਹੇ ਨਹੀਂ ਖਾਂਦੀਆਂ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਵੀ ਨਹੀਂ ਇਹਨਾਂ ਨੂੰ ਕੁਛ ਕਹਿਣਾ, ਇਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਆ। ਜਿਸ ਜਾਨਵਰ ਨੂੰ ਨਾ ਖਾਣ ਦੀ ਟ੍ਰੇਨਿੰਗ ਆ ਉਸੇ ਨੂੰ ਛੱਡਣਗੀਆਂ, ਜਿਹੜੀ ਨਹੀਂ ਕਬੂਤਰਾਂ ਨੂੰ ਹੋ ਸਕਦਾ ਨਾ ਦਿੱਤੀ ਹੋਵੇ ਟ੍ਰੇਨਿੰਗ ਇਹਨਾਂ ਨੂੰ ਵੀ ਨਹੀਂ ਖਾਣਾ, ਇਹਦੇ ਵਾਸਤੇ ਉਹ ਵੀ ਮੀਟ ਹੀ ਹੈਗਾ ਕਬੂਤਰ, ਦੋਹਾਂ ਚੋਂ ਇੱਕ ਇੱਕ ਖਾਂਦੀ ਇੱਕ ਨਹੀਂ ਖਾਂਦੀ। ਅੱਛਾ, ਫਿਰ ਇਹਦਾ ਪਾਣੀ ਦੀਆਂ ਇਹ ਨਹੀਂ ਪਤਾ, ਜਿਹਨੂੰ ਸੋਝੀ ਆ ਗਈ ਜਾਂ ਟ੍ਰੇਨਿੰਗ ਦਿੱਤੀ ਹੈ ਤਾਂ ਉਹਨਾਂ ਨੂੰ ਪਤਾ, ਇਹ ਸੋਝੀ ਦੀ ਗੱਲ ਹੈਗੀ ਆ। ਬਾਕੀ ਇਹ ਇੱਥੇ ਜਿੰਨੇ ਵੀ ਜਾਨਵਰ ਆ, ਕੁੱਤੇ ਲੈ ਲਓ, ਬਿੱਲੀਆਂ ਲੈ ਲਓ, ਘੋੜੇ, ਜੋ ਵੀ ਹੈਗੇ, ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਬਕਾਇਦਾ, ਸਿਖਾਇਆ ਜਾਂਦਾ। ਸਾਡੇ ਤਾਂ ਬਹੁਤ ਅਵਾਰਾ ਹੀ ਕੁੱਤੇ ਬਿੱਲੀਆਂ ਹੈਗੇ ਆ ਇੱਥੇ, ਹਰ ਇੱਕ ਨੂੰ ਜਿਹੜੇ ਘਰਾਂ 'ਚ ਹੈਗੇ ਟ੍ਰੇਨਿੰਗ ਦਿੱਤੀ ਜਾਂਦੀ ਆ। ਸੋ ਜਿਹਨਾਂ ਉੱਤੇ ਟ੍ਰੇਨਿੰਗ ਦਿੱਤੀ ਜਾਵੇ, ਕਬੂਤਰਾਂ ਬਾਰੇ ਟ੍ਰੇਨਿੰਗ ਨਾ ਦਿੱਤੀ ਜਾਂਦੀ ਹੋਊਗੀ ਉਹਨਾਂ ਵਾਸਤੇ ਤਾਂ ਮੀਟ ਹੀ ਉਹ, ਹੈਨਾ? ਜਿਹਨੂੰ ਟ੍ਰੇਨਿੰਗ ਦੇਤੀ ਉਹਨੂੰ ਨਹੀਂ ਉਹਨਾਂ ਛੇੜਨਾ। ਅੱਛਾ ਗਿਆਨ ਸਿੰਘ ਜੀ, ਮੇਰੀ ਸੋਚ, ਹਾਂਜੀ ਜੀ, ਪਾਣੀ ਦੀ ਬੋਤਲ ਸਿੱਟਣਾ ਬਿੱਲੀ ਕਹਿੰਦੇ ਨਹੀਂ ਆਉਂਦੀ, ਉਹਦਾ ਕੀ ਰਿਹਾ ਹੈਗਾ ਰੀਜਨ? ਉਹਨੂੰ ਪਤਾ, ਜਿਹਨੇ ਦੱਸਿਆ ਜੀ ਮੈਂ ਇਹਦੇ ਬਾਰੇ ਅੱਜ ਸੁਣਿਆ ਤੁਹਾਡੇ ਤੋਂ। ਅੱਛਾ, ਇਹਦੇ ਬਾਰੇ ਮੈਂ ਨਹੀਂ ਦੱਸ, ਜਿਹੜਾ ਨਹੀਂ ਪਤਾ ਮੈਂ ਕਾਹਨੂੰ ਦਉਣਾ, ਮੈਂ ਦੱਸਾਂ ਉਹਦੇ ਬਾਰੇ ਮੈਂ ਨਹੀਂ ਪਤਾ, ਹਜੇ ਤਾਂ ਮੈਂ ਤਾਂ ਪਹਿਲੀ ਵਾਰੀ ਸੁਣਿਆ ਤੁਹਾਡੇ ਕੋਲੋਂ ਵੀ ਪਾਣੀ ਦੇ ਕਿਉਂ ਨਹੀਂ ਆਉਂਦੀ, ਇਹ ਤਾਂ ਉਹ ਦੱਸਣਗੇ ਕਿਉਂ ਨਹੀਂ ਆਉਂਦੀ ਭਲਾ, ਇਹ ਤਾਂ ਮੈਂ ਬਹੁਤਾ ਸਹਿਮਤ ਨਹੀਂ ਇਸ ਗੱਲ ਨਾਲ ਵੀ ਪਾਣੀ ਰੱਖ ਕੇ ਨਹੀਂ ਆਉਂਦੀ। ਮੈਨੂੰ ਤਾਂ ਇੰਨਾ ਕੁ ਪਤਾ ਵੀ ਹੈਬਿਟ ਹੁੰਦੀ ਆ ਹਰ ਜਾਨਵਰ ਦੀ, ਹਰ ਬੰਦੇ ਦੀ। ਹੁਣ ਜਿਵੇਂ ਗਾਂ ਹੈਗੀ, ਉਹ ਥੋੜਾ ਮੀਟ ਖਾਣਾ, ਘਾਹ ਹੀ ਖਾਣਾ ਜਿੱਥੇ ਮਰਜ਼ੀ, ਜਿਹੜੇ ਮੁਲਕ 'ਚ ਮਰਜ਼ੀ ਜੰਮ ਜਾਵੇ। ਸੋ ਬਿੱਲੀ ਦੀ ਖੁਰਾਕ ਤਾਂ ਮੀਟ ਹੈਗਾ ਹੀ ਆ, ਜਾਨਵਰ ਨੂੰ ਮਾਰ ਕੇ ਖਾਣ ਦਾ। ਉਹ ਇਹ ਆ ਕਿ ਇੱਥੇ ਟ੍ਰੇਨਿੰਗ ਨਹੀਂ ਦਿੱਤੀ ਕਿ ਕਬੂਤਰ ਨਹੀਂ ਮਾਰਨਾ, ਤੂੰ ਠੀਕ ਨਹੀਂ, ਬਿਲਕੁਲ ਟ੍ਰੇਨਿੰਗ ਦੇ ਦਿਓ, ਕਦੀ ਨਹੀਂ ਮਾਰੂਗੀ, ਮੇਰੀ ਜੋ ਸੋਚ ਹੈਗੀ। ਮਿਹਰਬਾਨੀ ਜੀ ਤੁਹਾਡੀ, ਬਹੁਤ ਮਿਹਰਬਾਨੀ ਗੱਲਬਾਤ ਕਰਨ ਵਾਸਤੇ। ਵੈਸੇ ਮੈਂ ਇਹ ਚਾਹਾਂਗਾ ਜ਼ਰੂਰ ਕਿ ਕੋਈ ਨਾ ਕੋਈ ਲੌਜਿਕ ਹੋਏਗਾ ਇਹਦੇ ਪਿੱਛੇ ਕਿ ਪਾਣੀ ਦੀਆਂ ਕੈਨੀਆਂ ਰੱਖਦੇ ਹਾਂ ਜਾਂ ਪਾਣੀ ਦੀਆਂ ਬੋਤਲਾਂ ਸੁੱਟਦੇ ਹਾਂ ਅਤੇ ਇਹਦੇ ਨਾਲ ਬਿੱਲੀ ਆਉਂਦੀ ਨਹੀਂ। ਇਹਨਾਂ ਦੀ ਗੱਲ ਇਹ ਦਰੁਸਤ ਹੋ ਸਕਦੀ ਹੈ ਕਿ ਬਿੱਲੀ ਦੇ ਵਿੱਚ ਵੀ ਬਹੁਤ ਸਾਰੀਆਂ ਨਸਲਾਂ ਹੁੰਦੀਆਂ ਨੇ ਅੱਗੇ। ਇਹ ਨਸਲ ਹੋ ਸਕਦਾ ਜੇ ਹੁਣ ਚਾਰ ਬਿੱਲੀਆਂ ਇਕੱਠੀਆਂ ਨੇ, ਇੱਕ ਬਿੱਲੀ ਹੋਰ ਨਸਲ ਦੀ ਹੋਵੇ ਤਾਂ ਉਹ ਇਸ ਤਰ੍ਹਾਂ ਦੀ ਉਹਨੂੰ ਆਦਤ ਜਾਂ ਹੋਊ, ਜਾਂ ਫਿਰ ਇਹ ਹੋ ਸਕਦਾ ਵੀ ਜਦੋਂ ਟ੍ਰੇਨਿੰਗ ਦਿੰਦੇ ਨੇ ਉਹਨੂੰ ਲੈਸ ਦਿੰਦੇ ਹੋਣਗੇ, ਜਾਂ
ਬਿੱਲੀਆਂ ਨੂੰ ਲਿਸਟ ਦਿੰਦੇ ਹੋਣਗੇ ਭਾਈ ਤੁਸੀਂ ਆਹ ਆਹ ਚੀਜ਼ ਨਹੀਂ ਖਾਣੀ, ਤੁਸੀਂ ਕਬੂਤਰ ਦਾ ਨਾਂ ਲਿਖਣਾ ਭੁੱਲ ਗਏ ਹੋਣੇ ਇਸ ਬਿੱਲੀ ਦੇ ਕੋਲ। ਚਲੋ ਇਹ ਮਜ਼ਾਕ ਦੀ ਗੱਲ ਹੈ, ਪਰ ਇਹਦਾ ਕੋਈ ਨਾ ਕੋਈ ਲੌਜਿਕ ਜ਼ਰੂਰ ਹੋਏਗਾ। ਨਾਲ ਦੀ ਨਾਲ ਮੈਂ ਵਿਸ਼ਾ ਵੀ ਤੁਹਾਨੂੰ ਦੱਸ ਦਿੱਤਾ, ਵਿਸ਼ਾ ਜਿਹੜਾ ਹੈਗਾ PG ਪੇਇੰਗੈਸਟ ਜਿਹੜੇ ਹੈਗੇ ਨੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਜਾਂ ਇੱਧਰਲੇ ਮੁਲਕਾਂ ਦੇ ਵਿੱਚ ਵੀ ਅਸੀਂ ਰੱਖਦੇ ਬਹੁਤ ਸਾਰੇ ਘਰਾਂ ਦੇ ਵਿੱਚ। ਨਿਊਯਾਰਕ ਤਾਂ ਬਹੁਤ ਜ਼ਿਆਦਾ ਸੀਗਾ ਪੇਇੰਗੈਸਟ ਦਾ ਮਾਹੌਲ, ਕਿ ਰੋਟੀ ਪਾਣੀ ਵੀ ਨਾਲ ਦਿੰਦੇ ਸੀ, ਨਾਲ ਉੱਕੇ ਪੁੱਕੇ ਪੈਸੇ ਲੈਣੇ। ਇੱਥੇ ਹੈ ਕਿ ਨਹੀਂ ਹੈ ਮੈਨੂੰ ਜ਼ਿਆਦਾ ਪਤਾ ਨਹੀਂ ਹੈਗਾ, ਕਿਉਂਕਿ ਇੱਥੇ ਮਾਹੌਲ ਹੋਰ ਤਰ੍ਹਾਂ ਦਾ। ਇੱਥੇ ਵੀ ਜੇ ਮਾਹੌਲ ਹੋਵੇ ਤਾਂ ਉਹ ਕੀ ਉਹਦਾ ਰੁਝਾਨ ਹੈਗਾ, ਉਹਦੇ ਬਾਰੇ ਕੀ ਤੁਹਾਡੇ ਵਿਚਾਰ ਨੇ? ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਉਹਦੇ ਬਾਰੇ ਕੀ ਵਿਚਾਰ ਨੇ? ਪਰ ਪੰਜਾਬ ਦੇ ਅੰਕੜੇ ਦੱਸਦੇ ਨੇ ਕਿ ਅਪਰਾਧਾਂ ਦੇ ਵਧਣ ਦਾ ਕਾਰਨ ਇੱਕ ਪੇਇੰਗ ਗੈਸਟ ਵੀ ਜਿਹੜੇ ਹੈਗੇ ਨੇ ਉੱਥੇ ਰਹਿੰਦੇ ਨੇ, ਲੋਕ ਮੁੰਡੇ ਕੁੜੀਆਂ ਰਹਿੰਦੇ ਨੇ, ਉਹ ਵੀ ਇੱਕ ਕਾਰਨ ਹੈਗਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਬ੍ਰੇਕ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ, ਫਿਲਹਾਲ ਦੇਖਦੇ ਰਹੋ ਜਸਟ ਪੰਜਾਬੀ। ਮਿਲਦੇ ਆ ਬ੍ਰੇਕ ਤੋਂ ਬਾਅਦ। ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਰੂਬਰੂ ਪ੍ਰੋਗਰਾਮ ਲੈ ਕੇ, ਅਤੇ ਔਰ ਗੱਲਬਾਤ ਜਿਹੜੀ ਕਰ ਰਹੇ ਸੀ, ਇੱਕ ਤਾਂ ਚਲੋ ਉਹ ਆਪਾਂ ਵਿਸ਼ਾ ਨਹੀਂ ਹੈਗਾ, ਉਹ ਆਮ ਗੱਲ ਹੈਗੀ, ਉਹ ਕਿਤੇ ਨਾ ਕਿਤੇ ਪਤਾ ਲੱਗ ਜਾਏਗਾ। ਬਿੱਲੀਆਂ ਦੇ ਚੱਕਰ 'ਚ ਆਪਾਂ ਨਾ ਪਈਏ ਅਤੇ ਸਿੱਧੇ ਵਿਸ਼ੇ ਵਾਲੇ ਪਾਸੇ ਚੱਲਦੇ ਹਾਂ ਵੀ ਕੀ ਵਿਚਾਰ ਨੇ ਤੁਹਾਡੇ ਪੇਇੰਗ ਗੈਸਟ ਜਿਹੜੇ ਘਰਾਂ ਦੇ ਵਿੱਚ ਮੁੰਡੇ ਕੁੜੀਆਂ ਰੱਖਦੇ ਜਾਂ ਅਸੀਂ ਜਿਨ੍ਹਾਂ ਨੂੰ ਪੇਇੰਗ, ਅਸੀਂ ਪੇਇੰਗ ਗੈਸਟ ਉਹੀ ਹੁੰਦਾ ਜਿਹੜਾ ਪਰਿਵਾਰ ਹੈ ਉਹਨੂੰ ਅਸੀਂ ਪੇਇੰਗ ਗੈਸਟ ਨਹੀਂ ਕਹਿ ਸਕਦੇ, ਕਿ ਪਰਿਵਾਰ ਜਿਹੜਾ ਉਹ ਤਾਂ ਆਪ ਰੋਟੀ ਪਾਣੀ ਬਣਾਉਂਦਾ। ਪੇਇੰਗ ਗੈਸਟ ਜਿਹੜਾ ਹੁੰਦਾ ਉਹਨੂੰ ਰੋਟੀ ਪਾਣੀ ਬਣਾ ਕੇ ਦੇਣਾ ਹੁੰਦਾ, ਮਾਲਕ ਮਕਾਨ ਨੇ। ਅਤੇ ਨਾਲ ਦੀ ਨਾਲ ਇਹ ਜਿਹੜਾ ਹੈਗਾ ਤਾਂ ਬਹੁਤ ਸਾਰੇ ਚੰਗੇ ਵੀ ਹੁੰਦੇ ਨੇ ਹਰ ਜਗ੍ਹਾ, ਜੋ ਬਹੁਤ ਸਾਰੇ ਮਾੜੇ ਵੀ ਹੁੰਦੇ ਨੇ। ਪਰ ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਉੱਥੇ ਬਹੁਤ ਸਾਰੇ ਸਿਆਪੇ ਪੈਂਦੇ ਨੇ ਬਹੁਤ ਸਾਰੇ। ਉੱਥੇ ਤਾਂ ਉਹਨਾਂ ਨੇ ਕਰ ਦਿੱਤਾ ਵੀ ਤੁਸੀਂ ਗੌਰਮੈਂਟ ਕੋਲ ਜਾ ਕੇ ਆਪਣਾ ਥਾਣੇ ਜਾ ਕੇ ਅਤੇ ਜਿਹੜਾ ਵੀ ਤੁਹਾਡੇ ਕਿਰਾਏਦਾਰ ਰਹਿੰਦਾ ਉਹਦਾ ਜ਼ਰੂਰ ਫੋਟੋ ਦੇ ਕੇ ਆਓ। ਇੱਥੇ ਵੀ ਸ਼ਾਇਦ ਹੋਵੇ, ਕਨੇਡਾ ਦੇ ਵਿੱਚ ਮੈਂ ਇਹ ਵਿਸ਼ਾ ਤਾਂ ਰੱਖਿਆ, ਕਨੇਡਾ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਵਾਇਰਲ ਹੋਈਆਂ ਸੀ ਸੋਸ਼ਲ ਮੀਡੀਆ ਦੇ ਉੱਪਰ ਵੀ, ਜਿੱਥੇ ਮੁੰਡੇ ਕੁੜੀਆਂ, ਮੁੰਡੇ ਵੀ ਅਲੱਗ ਘਰਾਂ ਦੇ ਵਿੱਚ, ਉਹ ਵੀ ਜ਼ਿਆਦਾ ਮਤਲਬ ਕਿ ਤੋੜ ਫੋੜ ਕਰ ਜਾਂਦੇ ਆ, ਕੁੜੀਆਂ ਵੀ ਕਰ ਜਾਂਦੀਆਂ। ਸਾਡੇ ਨਿਊਯਾਰਕ ਜਿੱਥੇ ਅਸੀਂ ਰਹਿੰਦੇ ਸੀ, ਉੱਥੇ ਜਿਹੜੇ ਅੰਕਲ ਸੀ ਉਹ ਵੀ ਦੱਸਦੇ ਸੀ, ਕਹਿੰਦੇ ਵੀ ਸਾਡੇ ਵੀ ਇੱਥੇ ਅਸੀਂ ਰੱਖੇ ਸੀਗੇ, ਮੁੰਡੇ ਵੀ ਰੱਖੇ ਸੀ ਇਕੱਲੇ, ਅਤੇ ਉਹਨਾਂ ਨੇ ਵੀ ਸਾਡਾ ਨੁਕਸਾਨ ਕੀਤਾ। ਕੁੜੀਆਂ ਰੱਖੀਆਂ ਸੀ, ਉਹਨਾਂ ਨੇ ਸਾਡੇ ਪੱਖੇ ਪੁੱਖੇ ਵੀ ਤੋੜਤੇ ਜਿਹੜੇ ਹੈਗੇ ਸੀਗੇ ਏ ਸੀ ਉਸੀ। ਕੀ ਵਿਚਾਰ ਨੇ ਤੁਹਾਡੇ, ਕਾਲਾਂ ਲੈਣੇ ਤੁਹਾਡੀਆਂ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ? ਕਿਹੜਾ ਬੋਲਦਾ ਜੀ? ਹਾਂਜੀ ਹਾਂਜੀ, ਮੈਂ ਕਿਹਾ ਕੀ ਕਹਿਣਾ ਚਾਹੁੰਦੇ ਆ ਮੁੰਡੇ ਕੁੜੀਆਂ ਜਿਹੜੇ ਆਪਾਂ, ਮੈਂ ਹੈਲੋ ਹੈਲੋ ਹਾਂਜੀ ਹਾਂਜੀ, ਮੈਂ ਰਿਸ਼ਵਤ ਬਾਰੇ ਦੱਸਣਾ ਮੰਗਦਾ। ਇੱਕ ਵਾਰੀ ਮੈਂ NIR ਦੇ ਥਾਣੇ ਗਿਆ, ਉਹ ਪੈਸੇ ਮੇਰੇ ਤੋਂ 15-20 ਹਜ਼ਾਰ ਰੁਪਇਆ ਮੰਗੇ। ਉਹ ਮੈਂ ਕਿਹਾ ਕਾਹਦੇ ਮੰਗਦਾ? ਕਹਿੰਦਾ ਮੇਰੇ ਤੋਂ ਉੱਪਰ ਤਾਂ ਜਾਂਦੇ ਆ ਤੇ ਜੋ ਮਰਜ਼ੀ ਕਰ ਲਾ, ਮੈਂ ਇੰਨੇ ਲੈਣੇ ਆ। ਮੈਂ SSP ਦੇ ਦਫ਼ਤਰ ਚਲ ਗਿਆ, ਮੈਂ ਕਿਹਾ ਜੀ ਉਹ ਕਹਿੰਦੇ ਉੱਪਰ ਦਾ ਜਾਂਦੇ, ਤੁਹਾਡੇ ਹਿੱਸਾ ਕਿੰਨਾ ਹੁੰਦਾ? ਉਹ ਕਹਿੰਦਾ ਬਹਿ ਜਾ ਬਾਪੂ ਜੀ, ਕਹਿੰਦਾ CM ਕਹਿੰਦਾ 1000 ਬੰਦੇ ਦਾ ਇੰਤਜ਼ਾਮ ਕਰ, ਕਹਿੰਦਾ ਮੈਂ ਕਿੱਥੋਂ ਕਰ ਦੇਵਾਂ। ਚਲੋ ਇਹ ਆਪਾਂ ਖੇੜਾ ਸਾਹਿਬ ਵਿਸ਼ਾ ਰੱਖਿਆ ਸੀ, ਫਿਰ ਪਹਿਲਾਂ ਰੱਖਿਆ ਸੀ, ਅੱਜ ਮੈਂ ਚਾਹੁੰਦਾ ਸੀ ਜਿਹੜੇ ਮੁੰਡੇ ਕੁੜੀਆਂ ਆਪਾਂ ਘਰਾਂ ਦੇ ਵਿੱਚ ਰੱਖ ਲੈਂਦੇ ਪੇਇੰਗ ਗੈਸਟ ਜਿਹਨੂੰ ਆਪਾਂ ਕਹਿੰਦੇ ਹਾਂ, ਪਰਾਹੁਣੇ ਪੈਸੇ ਦੇ ਕੇ ਪਰਾਹੁਣੇ ਜਿਹੜੇ ਰਹਿੰਦੇ ਨੇ, ਉਹਨਾਂ ਬਾਰੇ ਕੀ ਵਿਚਾਰ ਆ? ਕਿੱਦਾਂ ਪੇਇੰਗ ਗੈਸਟ ਅਸੀਂ PG ਜਿਹੜੇ ਬਣੇ ਹੋਏ ਨੇ, PG ਖਾਸ ਤੌਰ 'ਤੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ PG ਬਣੇ ਨੇ, ਜਿਹਨੂੰ ਅਸੀਂ ਪੇਇੰਗ ਗੈਸਟ ਕਹਿੰਦੇ ਨੇ, ਪੈਸੇ ਦੇ ਕੇ ਪਰਾਹੁਣੇ, ਯਾਨੀ ਕਿ ਰੋਟੀ ਪਾਣੀ ਦੇਣਾ ਹੁੰਦਾ ਮੁੰਡੇ ਕੁੜੀਆਂ ਰੱਖ ਲੈਂਦੇ ਆਪਾਂ ਅਕਸਰ, ਅਤੇ ਉਹਨਾਂ ਨੂੰ ਰੋਟੀ ਪਾਣੀ ਮਾਲਕ ਮਕਾਨ ਨੇ ਦੇਣਾ ਹੁੰਦਾ, ਉਹਨਾਂ ਬਾਰੇ ਗੱਲਬਾਤ ਚੱਲ ਰਹੀ ਹੈ। ਉਹਨਾਂ ਬਾਰੇ ਅਪਰਾਧ ਕਹਿੰਦੇ ਬਹੁਤ ਵਧ ਰਹੇ ਨੇ, ਉਹ ਮੁੰਡੇ ਕੁੜੀਆਂ ਇਕੱਲੇ ਰਹਿੰਦੇ ਹੁੰਦੇ ਆ ਕੇ ਘਰੋਂ ਖੁੱਲ੍ਹ ਮਿਲ ਜਾਂਦੀ ਆ ਅਲੱਗ ਅਲੱਗ, ਅਤੇ ਫਿਰ ਉਹ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਮਾੜੀ ਸੰਗਤ ਦੇ ਵਿੱਚ ਪੈ ਕੇ ਅਤੇ ਅਪਰਾਧਾਂ ਨੂੰ ਵਾਧਾ ਕਰਦੇ ਨੇ। ਮੁੰਡਿਆਂ ਕੁੜੀਆਂ ਦਾ ਜੀ ਮੈਂ ਦੱਸਿਆ, ਮੁੰਡੇ ਦਾ ਬਿਲਕੁਲ ਪੜ੍ਹਦੇ ਆ ਨਹੀਂ ਸਾਡੇ ਪਿੰਡਾਂ ਦੁਆਲੇ ਇਲਾਕੇ ਦੇ, ਮਾੜੀ ਸੰਗ 'ਚ ਪੈ ਜਾਂਦੇ ਆ। ਕੁੜੀਆਂ ਪੜ੍ਹਦੀਆਂ, ਹੁਣ ਅਸੀਂ ਇੱਕ ਸਾਡੇ ਜ਼ਿਲ੍ਹੇ 'ਚ ਕੁੜੀ ਫਸਟ ਆਈ ਆ, ਉਹਦਾ ਅਸੀਂ 70,000 ਫੀਸ ਦਿੱਤੀ ਆ ਜ਼ਿਲ੍ਹਾ ਆਸ਼ਰਮ ਆ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ? ਜੀ ਜੀ, ਸੁਰਿੰਦਰ ਸਿੰਘ ਜੀ, ਅੱਜ ਪਿੱਛੇ ਰਹਿ ਗਏ? ਹਾਂਜੀ ਹਾਂਜੀ, ਮੈਂ ਫੋਨ ਤੱਕ ਚੜਦਾ ਲਾਇਆ, ਪਿੱਛੇ ਰਹਿ ਗਿਆ ਅੱਜ। ਹਾਂਜੀ। ਅੱਛਾ, ਬਿੱਲੀ ਇਹ ਕਿਉਂ ਡਰਦੀ ਪਾਣੀ ਵਾਲੀਆਂ ਬੋਤਲਾਂ ਤੋਂ ਰੱਖ ਕੇ? ਇਹਦਾ ਕੋਈ ਹੈ ਆਈਡੀਆ ਜਾਂ ਕੋਈ ਟੈਕਨੀਕਲ ਕੋਈ ਆਈਡੀਆ? ਇੱਥੇ ਰੱਖਦੇ ਤਾਂ ਹੈ ਪਰ ਇਹਦੇ ਬਾਰੇ ਆਈਡੀਆ ਨਹੀਂ ਜੀ, ਪਤਾ ਨਹੀਂ ਜਾਂਦਾ ਕਿਤੇ ਉਹਨੂੰ ਡਰ ਹੋਊ ਕਿਸੇ ਗੱਲ ਦਾ, ਚਮਕਦੀਆਂ ਚੁਗਦੀਆਂ ਹੋਗੀਆਂ। ਨਹੀਂ, ਮੈਨੂੰ ਇਹ ਲੱਗਦਾ ਬਿੱਲੀ ਜਦੋਂ ਆਏਗੀ ਉੱਪਰੋਂ ਛਾਲ ਮਾਰ ਕੇ ਆਏਗੀ, ਟੱਪ ਜਾਂਦੀ ਕਿੰਨੀ ਉੱਚੀ ਹੋਵੇ ਦੀਵਾਰ, ਜਾਂ ਉਹ ਛੋਟੀ ਤੋਂ ਛੋਟੇ ਸੁਰਾਖ ਦੇ ਵਿੱਚ ਦੀ ਲੰਘ ਜਾਂਦੀ ਹੈ ਬਿੱਲੀ, ਉਹ ਜਦੋਂ ਖੜਕਾ ਹੁੰਦਾ ਉਹਦਾ, ਕਿਉਂਕਿ ਪਾਣੀ ਤਾਂ ਪਾਉਂਦੇ ਕਿ ਬੋਤਲਾਂ ਉੱਡ ਨਾ ਜਾਣ, ਜਦੋਂ ਖੜਕਾ ਹੁੰਦਾ ਸ਼ਾਇਦ ਉਦੋਂ ਖੜਕੇ ਤੋਂ ਡਰ ਜਾਂਦੀ ਉਹ ਤੋਂ। ਇਹ ਵੀ ਹੋ ਸਕਦਾ। ਚਲੋ ਆਪਾਂ PG ਵਾਲੇ ਪਾਸੇ ਚੱਲੀ, ਮਾੜਾ ਹੋਲਡ ਰੱਖਿਓ। PG ਵਾਲੇ ਪਾਸੇ PG ਦੀ ਗੱਲ ਚੱਲ ਰਹੀ ਅੱਜ। ਸੁਰਿੰਦਰ ਸਿੰਘ ਜੀ, PG ਪੇਇੰਗ ਗੈਸਟ, ਉਹਦੇ ਬਾਰੇ ਕੀ ਵਿਚਾਰ ਨੇ? ਕਿਹੜਾ ਜੀ?
ਪੀਜੀ ਜਿਹੜੇ ਪੰਜਾਬ 'ਚ ਉਹਨਾਂ ਨੂੰ ਪੀਜੀ ਕਹਿੰਦੇ, ਇੱਧਰ ਆਪਾਂ ਘਰਾਂ ਦੇ ਵਿੱਚ ਮੁੰਡੇ ਜਾਂ ਕੁੜੀਆਂ ਰੱਖਦੇ, ਖਾਸ ਤੌਰ 'ਤੇ ਕੈਨੇਡਾ ਦੀ ਇੱਕ ਖਬਰ ਸਾਹਮਣੇ ਆਈ ਸੀ ਕਿ ਕੁੜੀਆਂ ਜਾਂ ਮੁੰਡੇ ਰੱਖੇ ਸੀ ਉਹਨਾਂ ਨੇ ਘਰਾਂ ਦੇ ਵਿੱਚ, ਜਿਹਨਾਂ ਨੂੰ ਰੋਟੀ ਪਾਣੀ ਆਪ ਦਿੰਦੇ ਮਾਲਕ ਮਕਾਨ ਬਣਾ ਕੇ, ਹਾਂਜੀ, ਉਹਨਾਂ ਨੇ ਬਹੁਤ ਤੋੜ ਫੋੜ ਕੀਤੀ ਸੀਗੀ। ਪੰਜਾਬ ਦੇ ਇਹ ਅੰਕੜੇ ਨੇ ਕਿ ਜਿਹੜੇ ਮੁੰਡੇ ਕੁੜੀਆਂ ਪੇਇੰਗ ਗੈਸਟ ਪੀਜੀ ਦੇ ਵਿੱਚ ਰਹਿੰਦੇ ਨੇ, ਉਹ ਜ਼ਿਆਦਾ ਜਿਹੜੇ ਅਪਰਾਧ ਨੇ ਉਹ ਕਰਦੇ ਨੇ। ਹਾਂਜੀ, ਇਹ ਤਾਂ ਹੈ, ਕਰਦੇ ਆ ਕਾਫੀ। ਉਹ ਫਿਰ ਤਾਂ ਘਰਾਂ ਤੋਂ ਬਾਹਰ ਆ ਜਾਂਦੇ ਮਾਪਿਆਂ ਤੋਂ, ਤੇ ਉਹ ਬਾਹਰਲੀ ਹਵਾ ਨੂੰ ਲੱਗ ਜਾਂਦੀ, ਇਕੱਠੇ ਰਹਿੰਦੇ ਆ ਫਿਰ ਉਹ। ਤੇ ਸਾਡੇ ਵੀ, ਮੈਂ ਸਰੀ ਸਾਡੇ ਰਿਸ਼ਤੇਦਾਰ ਆ, ਪਰ ਉਹਦੇ ਤਾਂ 8 ਜਾਣੇ ਰਹਿੰਦੇ ਆ ਇੱਕ ਘਰ ਦੇ ਵਿੱਚ, ਉਹਦੇ ਸਾਹਮਣੇ ਘਰ ਆ, ਉਹ ਨਹੀਂ ਤਾਂ ਇੱਦਾਂ ਕਦੇ ਕੀਤਾ ਨਹੀਂ। ਬਾਪੂ ਆਪਾਂ ਆਪਣੇ ਸੁਭਾਅ ਹੁੰਦੇ ਆ। ਪੰਜਾਬ 'ਚ ਇਹ ਗੱਲ ਜ਼ਰੂਰ ਮੰਨੀ ਜਾਊ ਤੁਹਾਡੀ, ਕਿਉਂਕਿ ਜਦੋਂ ਬੱਚੇ ਨੇ ਭਾਵੇਂ ਗਰੀਬ ਘਰਾਂ ਦੇ ਹੁਣ, ਜਦੋਂ ਬਾਹਰ ਨਿਕਲ ਜਾਂਦੇ ਆ ਆਪਣੇ ਮਾਂ ਪਿਓ ਦੀ ਛੱਤਰ ਛਾਇਆ 'ਚੋਂ, ਕਈ ਤੁਸੀਂ ਸੁਣਿਆ ਹੋਣਾ ਤੁਹਾਡੇ ਹਾਣ ਵੇਲੇ ਵੀ ਕਈ ਮੁੰਡੇ ਨਰੇੜ ਨਰੂੜ ਵੱਲ ਪੜ੍ਹਨ ਜਾਂਦੇ ਸੀ, ਪੈਸੇ ਮੰਗਾਈ ਜਾਣੇ, ਮੁੜ ਕੇ ਉੱਥੇ ਫੇਲ ਹੋਈ ਜਾਣਾ, ਘਰਦਿਆਂ ਨੂੰ ਕਹਿਣਾ ਪੜ੍ਹੀ ਜਾਂਦੇ ਹੋ। ਉਹ ਜਿੱਦਾਂ ਸੁਸਾਇਟੀ ਬਣ ਜਾਂਦੀ, ਜਿੱਦਾਂ ਦੀ ਫਿਰ ਸੁਸਾਇਟੀ ਬਣ ਜਾਂਦੀ ਆ, ਜਿੱਦਾਂ ਹੁਣ ਤੁਹਾਡੇ ਨਾਲ ਕੋਈ ਜੁੜ ਗਿਆ ਕਮੇਡੀ ਵੱਲ ਨੂੰ ਹੋ ਜਾਣਾ, ਜੇ ਕੋਈ ਬਦਮਾਸ਼ੀ ਵਾਲੇ ਪਾਸੇ ਤੁਰ ਪਿਆ। ਉਹ ਇੱਦਾਂ ਹੀ, ਸਾਡਾ ਵੀ ਇੱਕ ਭਤੀਜਾ ਸੀਗਾ ਚੰਡੀਗੜ੍ਹ ਪੜ੍ਹਦਾ, 3 ਕੁ ਸਾਲ ਅਸੀਂ ਤਾਂ ਉਠਾ ਲਿਆ ਸੀ, ਉਹ ਵੀ ਮਾੜਾ ਮਾੜਾ ਹਵਾ ਲੱਗੀ ਸੀ ਲੱਗਣ, ਉਹਨੂੰ ਤਾਂ ਅਸੀਂ ਤਾਂ ਵਿੱਚੇ ਉਠਾ ਲਿਆ। ਫਿਰ ਇੱਦਾਂ ਸੁਸਾਇਟੀ ਬਣ ਜਾਂਦੀ, ਉਹਦੇ ਨਾਲ ਸੁਸਾਇਟੀ ਨਾਲ ਫਿਰ ਰਲ ਜਾਂਦੇ ਆ। ਤੇ ਬਾਕੀ ਉੱਥੇ ਦਾ ਜਿਹੜਾ ਸਿਸਟਮ ਆ ਪੰਜਾਬ ਦਾ, ਤਾਂ ਜੀ ਕਹਿੰਦਾ ਵਿਖੜੇ ਪੈਂਡੇ ਸੂਲਾਂ ਕੰਢੇ, ਵੱਜਦੇ ਜਾਵਣ ਜਾਣ ਨਾ ਛੰਡੇ, ਕਾਹਨੂੰ ਆਪਣੀ ਜਿੱਦ ਪਗਾਵੇ, ਤੁਰਦਾ ਹੰਝੂ ਪੀਂਦਾ ਜਾਵੇ, ਛੱਜ ਵਿੱਚ ਪਾ ਕੇ ਦਿਓ ਤੇ ਰਾਤਾਂ ਦੁੱਖ, ਤੇ ਤੇਰੇ ਜਾਵਣ ਛੰਡੇ, ਵਿਖੜੇ ਪੈਂਡੇ ਸੂਲਾਂ ਕੰਢੇ, ਦਰਦ ਬਣਾ ਨਾ ਜਾਵਣ ਖੰਡੇ, ਖੜੇ ਚ ਕੌਣ ਹੈ ਸਾਥੀ, ਗਮ ਦੇ ਵਿਹੜੇ ਕੌਣ ਹੈ ਸਾਥੀ, ਮਿੱਤਰ ਘਨੇਰੇ ਨਾਲ ਜੋ ਤੇਰੇ ਸਭ ਮਾਰਨ ਗਰਜਾਂ ਦੇ ਡੰਡੇ, ਮਿੱਤਰ ਘਨੇਰੇ ਨਾਲ ਜੋ ਤੇਰੇ ਸਭ ਮਾਰਨ ਗਰਜਾਂ ਦੇ ਡੰਡੇ, ਵਿਖੜੇ ਪੈਂਡੇ ਸੂਲਾਂ ਕੰਢੇ, ਵੱਧਦੇ ਜਾਵਣ ਜਾਣ ਨਾ ਛੰਡੇ, ਜੱਗੀ ਜੀ ਵਿਖੜੇ ਪੈਂਡੇ ਸੂਲਾਂ ਕੰਢੇ, ਵੱਧਦੇ ਜਾਵਣ ਜਾਣ ਨਾ ਛੰਡੇ। ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਦੁਬਾਰਾ ਤਾਜ਼ਾ ਆਇਆ। ਚਲੋ, ਬਿੱਲੀਆਂ ਦਾ ਕੰਮ ਤਾਂ ਪੁੱਛ ਲਿਓ ਕਿੱਦਾਂ ਕਿਉਂ ਕਰਦੇ ਆ। ਹੁਣ ਤੁਹਾਨੂੰ ਪੇਇੰਗ ਗੈਸਟ ਬਾਰੇ ਮੈਂ ਥੋੜ੍ਹੀ ਜਿਹੀ ਆਪਣਾ ਮੇਰਾ ਜੋ ਜ਼ਰੂਰ ਜਿੰਨੀ ਕੁ ਨੌਲੇਜ ਉਨੀ ਕੁ ਦੱਸੂਗਾ ਮੈਂ। ਜ਼ਰੂਰ ਜੀ। ਭਾਵੇਂ ਕੋਈ ਟੇਨੈਂਟ ਹੋਵੇ ਭਾਵੇਂ ਪੇਇੰਗ ਗੈਸਟ ਹੋਵੇ, ਗੱਲ ਇੱਕੋ ਹੀ ਆ। ਅੱਛਾ ਜੀ। ਜਦੋਂ ਅਸੀਂ ਇੱਕ ਪਰਿਵਾਰ 'ਚ ਰਹਿੰਦੇ ਹਾਂ, ਸਾਡਾ ਇੱਕ ਕਮਰਾ ਖਾਲੀ ਆ, ਕਿਚਨ ਸਾਡੇ ਕੋਲ ਇੱਕੋ ਹੀ ਹੈਗੀ ਆ, ਠੀਕ ਨਹੀਂ? ਉਹ 'ਚ ਇੱਕ ਕੋਈ ਕਿਰਾਏਦਾਰ ਆਇਆ ਸਾਡੇ ਕੋਲ, ਉਹ ਅਸੀਂ ਲਾਲਚ ਦੇ ਮਾਰੇ ਰੱਖ ਲੈਂਦੇ ਹਾਂ, ਭਾਵੇਂ ਮੁੰਡਾ ਭਾਵੇਂ ਕੁੜੀ, ਉਹਦਾ ਅੱਗੇ ਪਿੱਛੇ ਨਹੀਂ ਦੇਖਦੇ, ਠੀਕ ਨਹੀਂ? ਉਹਦਾ ਕਰੈਕਟਰ, ਉਹਦਾ ਕੀ ਜਿੱਦਾਂ, ਹਨਾ, ਸਿਰਫ ਲਾਲਚ ਪਿੱਛੇ ਰੱਖ ਲੈਂਦੇ ਘਰ 'ਚ। ਭਾਵੇਂ ਤੁਸੀਂ ਟੇਨੈਂਟ ਰੱਖ ਲਓ ਤੇ ਭਾਵੇਂ ਤੁਸੀਂ ਪੇਇੰਗ ਗੈਸਟ, ਪੇਇੰਗ ਗੈਸਟ ਹੁੰਦਾ ਵੀ ਖਾਣਾ ਪਾਣੀ ਵੀ ਅਸੀਂ ਦੇਣਾ ਤੇ ਕਿਰਾਇਆ ਵਿੱਚ ਹੀ ਸਭ ਕੁਛ ਕਰਕੇ ਦੇਣਾ, ਉਹ ਹੁੰਦਾ, ਗੱਲ ਇੱਕੋ ਹੀ ਆ ਦੋ ਦੀ, ਹਨਾ। ਜੇ ਉਹ ਖਰਾਬੀ ਹੁੰਦੀ ਤਾਂ ਉਹ ਤਾਂ ਉਹ ਤਾਂ ਭਾਈ ਅਸੀਂ ਲਾਲਚ ਦੇ ਮਾਰੇ ਰੱਖਦੇ ਹਾਂ, ਠੀਕ ਨਹੀਂ? ਘਰਾਂ 'ਚ ਤਾਂ ਹੀ ਖਰਾਬੀਆਂ ਹੁੰਦੀਆਂ। ਇੱਕ ਜਵਾਨ ਮੁੰਡੇ ਕੁੜੀ ਨੂੰ, ਮੈਂ ਤਾਂ ਇੱਥੇ ਇੰਡੀਆ, ਇੱਥੇ ਅਮੈਰੀਕਾ ਵੀ ਰਹਿੰਦੇ ਹਾਂ, ਮੈਂ ਘਰ 'ਚ ਕਦੀ ਨਹੀਂ ਕਦੀ ਕੁੜੀ ਮੁੰਡਾ ਇਕੱਲੇ ਰੱਖੇ ਉੱਥੇ ਵੀ ਆਪਣੇ, ਹੈਂ? ਤੇ ਇਹ ਆਪਣਾ ਆਪਣੀ ਸੋਚ ਹੁੰਦੀ ਆ, ਠੀਕ ਨਹੀਂ? ਇਹਨਾਂ ਦਾ ਕੀ ਭਰੋਸਾ ਹੁੰਦਾ? ਇਹ ਉਮਰ ਹੀ ਐਸੀ ਹੁੰਦੀ ਆ, ਇਹ ਤੇ ਜਿਹੜੇ ਰੱਖਦੇ ਆ ਇਹ ਉਹ ਜ਼ਿਆਦਾ ਦੱਸ ਸਕਦੇ, ਠੀਕ ਨਹੀਂ? ਨਹੀਂ ਚਾਹੀਦੇ, ਬਹੁਤ ਸੋਚ ਵਿਚਾਰ ਕੇ, ਬਹੁਤ ਗਹਿਰਾਈ ਜਾਂ ਜਾ ਕੇ ਇਹ ਇਕੱਲਾ ਇਕੱਲਾ ਪੇਇੰਗ ਗੈਸਟ ਰੱਖਣ ਦਾ ਮਤਲਬ ਬਣਦਾ ਹੀ ਕੋਈ ਨੀਗਾ, ਸਵਾਏ ਅਸੀਂ ਲਾਲਚ ਕਰ ਲੈਂਦੇ ਹਾਂ। ਨਹੀਂ, ਜਿਵੇਂ ਚਾਰ ਚਾਰ ਮੁੰਡੇ, ਤਿੰਨ ਤਿੰਨ ਚਾਰ ਚਾਰ ਮੁੰਡੇ ਜਾਂ ਤਿੰਨ ਤਿੰਨ ਚਾਰ ਚਾਰ ਕੁੜੀਆਂ, ਥੱਲੇ ਬੇਸਮੈਂਟ ਦੇ ਵਿੱਚ, ਕੈਨੇਡਾ ਦੇ ਵਿੱਚ ਕਾਫੀ ਰਿਵਾਜ ਹੈਗਾ ਬੇਸਮੈਂਟਾਂ ਦੇ ਵਿੱਚ ਰੱਖ ਕੇ, ਉੱਥੇ ਤਾਂ ਉਹ ਤਾਂ ਰਹਿੰਦੇ ਆ, ਉਹ ਤਾਂ ਚਲੋ ਇਕੱਠੇ ਕੁੜੀਆਂ ਮੁੰਡੇ ਇਕੱਠੇ ਉਹ 'ਚ ਕਰਦਿਆਂ ਦਾ ਕੋਈ ਮਤਲਬ ਹੈ ਨਹੀਂ ਗਾ, ਉਹ ਇੱਕ ਵੱਖਰਾ ਉਹਨਾਂ ਕੋਲ ਵੱਖਰਾ ਯੂਨਿਟ ਹੁੰਦਾ ਹੈ, ਜਿੱਦਾਂ ਬੇਸਮੈਂਟ ਕਹਿ ਲਓ, ਉਹ ਤਾਂ ਆਪੇ ਹੀ ਖਾਣ ਪੀਣ ਬਣਾਉਣ ਜੋ ਮਰਜ਼ੀ ਆਪ ਜੋ ਮਰਜ਼ੀ ਕਰਨ, ਉਹ ਤਾਂ ਵੱਖਰਾ ਵੀ ਇਸ਼ੂ ਹੋ ਗਿਆ। ਆਪਣੀ ਫੈਮਿਲੀ 'ਚ ਰੱਖਣਾ ਜਿਹੜਾ ਉਹਨੂੰ ਪੇਇੰਗ ਗੈਸਟ ਕਹਿੰਦੇ ਸੀ, ਆਪਣੀ ਫੈਮਿਲੀ 'ਚ ਉਹਨੂੰ ਰੋਟੀ ਪਾਣੀ ਦੇਣਾ ਬਣਾ ਕੇ ਬਣਾ, ਉਹ ਪੇਇੰਗ ਗੈਸਟ ਮਾੜਾ ਆ, ਉਹ ਸਾਨੂੰ ਬਹੁਤ ਸੋਚ ਵਿਚਾਰ ਕੇ ਰੱਖਣਾ ਚਾਹੀਦਾ, ਭਾਵੇਂ ਕੁੜੀ ਭਾਵੇਂ ਮੁੰਡਾ, ਜੋ ਮੇਰਾ ਵਿਚਾਰ ਹੈਗਾ। ਬਹੁਤ ਮਿਹਰਬਾਨੀ। ਬਾਕੀ ਹਾਂਜੀ, ਇੱਦਾਂ ਹੈ ਜੀ, ਬਹੁਤ ਮਿਹਰਬਾਨੀ ਬਾਰੇ ਦੱਸ ਦਿਓ, ਕਿਉਂ ਪਾਣੀ ਤੋਂ ਕਿਉਂ ਡਰਦੀਆਂ ਜੀ? ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਕੋਸ਼ਿਸ਼ ਕਰਾਂਗੇ ਸਾਡੇ ਦਰਸ਼ਕਾਂ ਕੋਲੋਂ ਇਹ ਵੀ ਜਾਣਨ ਦੀ ਕਿ ਬਿੱਲੀਆਂ ਖਾਲੀ ਬੋਤਲਾਂ। ਮੇਰਾ ਜਿਹੜਾ ਆਈਡੀਆ, ਮੈਨੂੰ ਤਾਂ ਇਹੀ ਲੱਗਿਆ ਕਿ ਉਹ ਖੜਕੇ ਤੋਂ ਡਰ ਕੇ ਮੁੜ ਕੇ ਭੱਜ ਜਾਂਦੀਆਂ, ਅਤੇ ਚਲੋ ਖੈਰ, ਇਹ ਇੱਕ ਪਰ ਮਾੜੀ ਗੱਲ ਆ ਬਿੱਲੀਆਂ ਵਾਸਤੇ, ਇੱਧਰ ਵਿਚਾਰੇ ਪੰਛੀਆਂ ਨੂੰ ਤੰਗ ਕਰਨਾ ਪੰਜਾਬ ਦੇ ਵਿੱਚ ਕਰੀ ਜਾਂਦੀ ਚੰਗੀ ਗੱਲ। ਅਤੇ ਹਾਂ, ਆਪਾਂ ਜਿਹੜੀ ਹੁਣ ਗੱਲ ਪੇਇੰਗ ਗੈਸਟ ਦੀ ਚੱਲਦੀ ਆ, ਉਹਦੇ ਵਾਲੇ ਪਾਸੇ ਹੀ ਆਵਾਂਗੇ ਬ੍ਰੇਕ ਤੋਂ ਬਾਅਦ। ਇਹ ਅਕਸਰ ਦੇਖਿਆ ਗਿਆ ਕਿ ਲਾਲਚ ਵੱਚ, ਗਿਆਨ ਸਿੰਘ ਨੇ ਜਿਵੇਂ ਕਿਹਾ, ਅਸੀਂ ਰੱਖ ਤਾਂ ਲੈਂਦੇ ਹਾਂ, ਉਦੋਂ ਬਾਅਦ ਘਰ ਦੇ ਵਿੱਚ ਵੀ 100 ਗੱਲਾਂ ਹੁੰਦੀਆਂ, ਇੱਕ ਕਮਰਾ ਦੇ ਤਾਂ ਰਸੋਈ ਉਹੀ ਆ, ਬਾਥਰੂਮ ਵੀ ਤਕਰੀਬਨ ਉਹੀ ਹੁੰਦਾ, ਕਿਤੇ ਨਾ ਕਿਤੇ ਇੱਕ ਅੱਧਾ ਵਾਧੂ ਹੁੰਦਾ, ਤਾਂ ਉਦੋਂ ਫਿਰ ਬਹੁਤ ਸਾਰੇ ਪੰਗੇ ਜਿਹੜੇ ਪੈਂਦੇ ਨੇ, ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ। ਪਰ ਮੈਂ ਅਸਲ ਦੇ ਵਿੱਚ ਜਿਹੜੀ ਗੱਲ ਕਰ ਰਿਹਾ ਸੀ, ਜਿਹੜੇ ਅਸੀਂ ਚਾਰ ਚਾਰ ਪੰਜ ਪੰਜ ਮੁੰਡੇ ਜਾਂ ਚਾਰ ਚਾਰ ਪੰਜ ਪੰਜ ਕੁੜੀਆਂ,
ਉਹਨਾਂ ਦੀ ਇਹ ਮੁਸੀਬਤ ਦੇਖਣ ਦੇ ਵਿੱਚ ਆਈ ਹੈ। ਜੇ ਪੰਜ ਮੁੰਡੇ ਰਹਿੰਦੇ ਨੇ ਕਿਤੇ ਇਕੱਠੇ ਤਾਂ ਉਹਨਾਂ ਦੇ ਵਿੱਚੋਂ ਦੋ ਚੰਗੇ ਹੋ ਸਕਦੇ, ਤਿੰਨ ਮੰਦੇ ਹੋ ਸਕਦੇ, ਤਿੰਨ ਚੰਗੇ ਹੋ ਸਕਦੇ, ਦੋ ਮਾੜੇ ਹੋ ਸਕਦੇ, ਮਾੜਿਆਂ ਉਹਨਾਂ ਦੀਆਂ ਆਦਤਾਂ ਮਾੜੀਆਂ ਹੋ ਸਕਦੀਆਂ, ਉਹਨਾਂ ਦੀ ਸੁਸਾਇਟੀ ਮਾੜੀ ਹੋ ਸਕਦੀ ਹੈ, ਤਾਂ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਕਿ ਬਾਕੀ ਜਿਹੜੇ ਤਿੰਨ ਬੱਚੇ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਅੱਧਾ ਫਿਸਲ ਕੇ ਰਾਤੋ ਰਾਤ ਅਮੀਰ ਬਣਨ ਦੇ ਚੱਕਰਾਂ ਦੇ ਵਿੱਚ ਜਾਂ ਐਸ਼ੋ ਆਰਾਮ ਦੇ ਚੱਕਰਾਂ ਦੇ ਵਿੱਚ ਉਹ ਕੋਈ ਵੀ ਡਿਸੀਜਨ ਲੈ ਲਵੇ ਉਹਨਾਂ ਵੱਲ ਚੱਲ ਜਾਵੇ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਜੇ ਅਸੀਂ ਅਪਰਾਧਾਂ ਦੀ ਗੱਲ ਕਰੀਏ ਤਾਂ ਇਹ ਜ਼ਰੂਰ ਇਹ ਕਿਹਾ ਜਾਂਦਾ, ਇਹ ਜ਼ਰੂਰ ਖਬਰਾਂ ਦੇ ਵਿੱਚ ਆਉਂਦਾ ਕਿ ਪੀ ਜੀ ਦੇ ਵਿੱਚ ਰਹਿੰਦੇ ਮੁੰਡੇ ਕੁੜੀਆਂ ਜਿਹੜੇ ਕਿ ਪੇਇੰਗ ਗੈਸਟ ਰਹਿੰਦੇ ਨੇ ਉਹਨਾਂ ਦੀ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ। ਸੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈਗੇ ਨੇ, ਬ੍ਰੇਕ ਤੋਂ ਬਾਅਦ ਫਿਰ ਕਾਲਾਂ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਹਾਜ਼ਰ ਆ ਬ੍ਰੇਕ ਤੋਂ ਬਾਅਦ ਅਤੇ ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਹਾਂ ਤੁਹਾਡੇ ਵਿਚਾਰ ਕੀ ਨੇ ਵਿਸ਼ੇ ਬਾਰੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ ਅਸੀਂ ਵੀ ਨਾ ਤੁਹਾਡੇ ਵਾਂਗ ਜਦੋਂ ਘਰ ਲਿਆ ਨਾ ਤੇ ਪਿੱਛੇ ਉਹ ਦਾਣੇ ਪਾਉਣ ਵਾਲਾ ਜਿਹੜਾ ਸੀਗਾ ਉਹ ਡੰਡੇ ਜਿਹਦੇ ਉੱਤੇ ਲੱਗਿਆ ਸੀ ਉਹ ਲਿਆਂਦਾ ਜੀ, ਤੇ ਉਹ ਦਾਣੇ ਜਦੋਂ ਪਾਉਣੇ ਸ਼ੁਰੂ ਕੀਤੇ ਤਾਂ ਜਾਨਵਰ ਜਿਹੜੇ ਸੀਗੇ ਉਹ ਖਾਂਦੇ ਵੀ ਸੀਗੇ ਤੇ ਆਲੇ ਦੁਆਲੇ ਬਹੁਤ ਡੁੱਲ ਜਾਂਦੇ ਸੀਗੇ ਜੀ। ਤੇ ਪਿੱਛੇ ਜੇ ਕੀ ਹੋਇਆ ਜਿਵੇਂ ਸਾਡੇ ਕਮਰਾ ਜਿਹਾ ਬਣਿਆ ਵਾ ਤੇ ਉਹਦੇ ਉੱਤੇ ਫਲੋਰ ਸੀਗਾ, ਫਲੋਰ ਦੇ ਨਾ ਜਦੋਂ ਉਹ ਮਤਲਬ ਉੱਥੇ ਚੂਹੀਆਂ ਬਹੁਤ ਆਉਣ ਲੱਗ ਗਈਆਂ ਨਿੱਕੀਆਂ ਨਿੱਕੀਆਂ ਦਾਣੇ ਖਾਣ ਵਾਸਤੇ ਜੀ, ਦਾਣੇ ਖਾਣ ਪਿੱਛੇ। ਤੇ ਫਿਰ ਘਰ ਦੇ ਉਹ ਥੱਲੇ ਜਿਹੜਾ ਕਮਰਾ ਜਿਹਾ ਬਣਿਆ ਵਾ ਸੀ ਨਾ ਉਹਦੇ ਨਾਲ ਨਾਲ ਉਹਨਾਂ ਨੇ ਘਰ ਦੇ ਅੰਦਰ ਨੂੰ ਹੀ ਆਉਣਾ ਸੀ ਨਾ, ਸਾਰਿਆਂ ਦੀਆਂ ਉੱਥੇ ਖੁੱਡਾਂ ਬਣੀਆਂ ਵੀਆਂ। ਅੱਛਾ ਜੀ, ਫਿਰ? ਤੇ ਫਿਰ ਅਸੀਂ ਤਾਂ ਉਹ ਚੱਕਤਾ। ਮਤਲਬ ਉਹ ਬਿੱਲੀ ਜਿਹੜੀ ਸੀਗੀ ਉਹ ਫਿਰ ਰਾਤ ਨੂੰ ਬਾਹਰ ਚਲੀ ਜਾਂਦੀ ਆ, ਹੁਣ ਤੇ ਦਿਨੇ ਘਰੇ ਆਉਂਦੀ ਆ, ਆਉਂਦੀ ਆ ਦੋ ਤਿੰਨ ਗੇੜੇ ਲਾਉਂਦੀ ਆ। ਪਰ ਇੰਨੀ ਸਿਆਣੀ ਬਿੱਲੀ ਆ ਨਾ, ਸਾਨੂੰ ਉਹ ਸਮਝਾ ਦਿੰਦੀ ਆ ਹੁਣ ਕਿ ਉਹ ਦਾਣੇ ਪਾਉਣ ਵਾਲੇ ਆ ਉਹਦੇ ਵਿੱਚ, ਹੁਣ ਮੈਂ ਖਾ ਲਿਆ, ਫਿਰ ਬਾਹਰ ਕੋਲੇ ਆ ਕੇ ਕਹੂਗੀ ਮਿਆਉ ਮਿਆਉ, ਹੁਣ ਮੈਂ ਬਾਹਰ ਜਾਣਾ ਏ। ਨੇਚਰ ਨੂੰ ਤਾਂ ਨੀ ਕੋਈ ਬਦਲ ਸਕਦਾ ਨਾ ਬਿੱਲੀਆਂ ਦੀ। ਪਾਣੀ ਕਿੰਨਾ ਵੀ ਆ, ਪਾਣੀ ਕਿੰਨਾ ਵੀ ਤੁਸੀਂ ਕਰ ਲੋ ਚਾਹੇ, ਇਹਨਾਂ ਦੇ ਨੇਚਰ ਆ। ਹੁਣ ਘਰੇ ਵੀ ਕਈ ਵਾਰੀ ਨਾ ਉਹ ਜੇ ਕੋਈ ਭਮੱਕੜ ਜਾਂ ਕੋਈ ਨਾ ਕੋਈ ਚੀਜ਼ ਕਮਰੇ ਚ ਹੁੰਦੀ ਆ ਤੇ ਉਹ ਉਧਰ ਨੂੰ ਭੱਜ ਕੇ ਜਾਂਦੀ ਆ ਜੀ ਜੀ ਜੀ। ਤੇ ਪਾਣੀ ਵਾਲੀਆਂ ਬੋਤਲਾਂ ਤੋਂ ਖੜਕੇ ਦੀ ਕਰਦੀ? ਉਹਨਾਂ ਦਾ ਨਹੀਂ ਕੋਈ ਪਤਾ ਖੜਕੇ ਦਾ ਹੋਊਗਾ ਜਾਂ ਕਿਹਨੇ ਤੁਹਾਨੂੰ ਦੱਸਿਆ, ਉਹੀ ਦੱਸ ਸਕਦਾ ਇਹ ਤਾਂ। ਚਲੋ ਮਿਹਰਬਾਨੀ ਜੀ ਬਹੁਤ ਤੁਹਾਡੀ। ਹਾਂ, ਬਿੱਲੀਆਂ ਨੇ ਆਪਣਾ ਕੰਮ ਜਿਹੜਾ ਹੈਗਾ ਨਾ ਜਾਨਵਰਾਂ ਵਾਲਾ ਉਹ ਉਹਨਾਂ ਨੇ ਕਰਨਾ ਹੀ ਆ, ਉਹਨਾਂ ਨੇ ਖਾਣਾ ਪੀਣਾ ਹੀ ਆ। ਜੀ ਜੀ, ਇਹ ਮੇਰੇ ਖਿਆਲ ਕਈ ਬਿੱਲੀਆਂ ਖੂੰਖਾਰ ਬਿੱਲੀਆਂ ਜਿਹਨੂੰ ਅਸੀਂ ਕਹਿੰਦੇ ਉਸ ਨਸਲ ਦੀਆਂ ਹੁੰਦੀਆਂ। ਮੈਂ ਇੱਕ ਗੱਲ ਇਹ ਦੱਸਦੀ ਆ, ਇੱਥੇ ਕਹਿੰਦੇ ਆ ਬਿੱਲੀ ਨੂੰ ਕੋਈ ਵੀ ਸਿਖਾ ਨਹੀਂ ਸਕਦਾ ਗਾ, ਤੇ ਬਿੱਲੀ ਆਪਣੇ ਆਪ ਦੇ ਵਿੱਚ ਤੁਸੀਂ ਕੁੱਤਾ ਜਾਂ ਹੋਰ ਕੋਈ ਜਾਨਵਰ ਆ ਤੁਸੀਂ ਸਿਖਾ ਲਓਗੇ, ਪਰ ਬਿੱਲੀ ਇੰਨੀ ਚਲਾਕ ਹੁੰਦੀ ਆ ਨਾ ਕਹਿੰਦੇ ਇਹ ਬਿਲਕੁਲ ਨਹੀਂ ਸਿੱਖਿਆ ਸਿੱਖਦੀ, ਇਹ ਤਾਂ ਸੋਨੂੰ ਸਿਖਾਉਂਦੀ ਆ। ਤਾਂ ਹੀ ਮਾਸੀ ਕਹਿੰਦੇ ਇਹਨੂੰ ਵੀ। ਹਾਂ, ਤਾਂ ਹੀ ਮਾਸੀ ਕਹਿੰਦੇ ਆ। ਸ਼ੇਰ ਨੂੰ ਕਹਿੰਦੇ, ਜੇ ਸ਼ੇਰ ਨੂੰ ਬਿੱਲੀ ਨੇ ਸਭ ਕੁਝ ਸਿਖਾਤਾ ਸੀ ਤੇ ਦਰਖਤ ਚੜ੍ਹਨਾ ਨਹੀਂ ਸਿਖਾਇਆ ਸੀ? ਇੱਕ ਉਹ ਨਹੀਂ ਸੀ ਸਿਖਾਇਆ, ਕਹਿੰਦੇ ਸਾਰੇ ਗੁਣ ਤੈਨੂੰ ਦੇ ਦੇ ਤਾਂ ਮੈਨੂੰ। ਬਿਲਕੁਲ, ਬਹੁਤ ਮਿਹਰਬਾਨੀ ਜੀ। ਚਲੋ ਬਹੁਤ ਮਿਹਰਬਾਨੀ, ਗੱਲਾਂ ਬਾਤਾਂ ਚਲੋ ਵੈਸੇ ਸ਼ੁਗਲਦੀਆਂ ਹੁੰਦੀਆਂ, ਪਰ ਇਹ ਚੀਜ਼ ਜਿਹੜੀ ਹੈ ਮੈਨੂੰ ਇਹ ਲੱਗਿਆ ਕਿ ਬਿੱਲੀਆਂ ਨੂੰ ਇੱਧਰਲੇ ਮੁਲਕਾਂ 'ਚ ਚੰਗੀ ਗੱਲ ਨਹੀਂ ਹੈਗੀ। ਬਾਕੀ ਪੀ ਜੀ ਦੀ ਗੱਲ ਚੱਲਦੀ ਹੈ, ਪੀ ਜੀ ਦੀ ਗੱਲ ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਦੀ। ਸੋ ਪੀ ਜੀ ਬਾਰੇ ਤਾਂ ਮੇਰੇ ਖਿਆਲ 'ਚ ਤਾਂ ਇਹੀ ਗੱਲ ਹੈਗੀ ਕਿ ਜਦੋਂ ਕਿਸੇ ਵੀ ਬੱਚੇ ਨੂੰ, ਵੈਸੇ ਵੀ ਜੇ ਬੱਚੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਜਾਂਦਾ, ਡਰ ਉੱਠ ਜਾਂਦਾ, ਅਤੇ ਜਾਂ ਤਾਂ ਉਹ ਬੱਚਾ ਬਹੁਤ ਸਿਆਣਾ ਨਿਕਲੇਗਾ, ਬਹੁਤ ਚੰਗੇ ਕੰਮ ਕਰੇਗਾ, ਜਾਂ ਫਿਰ ਉਹਦੀ ਸੋਸਾਇਟੀ ਇਹੋ ਜਿਹੀ ਹੋ ਜਾਏਗੀ ਕਿ ਉਹ ਵਿਗੜ ਜਾਏਗਾ। ਇਸੇ ਤਰ੍ਹਾਂ ਜੇ ਪੀ ਜੀ ਵਿੱਚ ਬੱਚੇ ਜਿਹੜੇ ਰਹਿੰਦੇ ਇਹਦਾ ਮਤਲਬ ਉਹ ਮਾਂ ਬਾਪ ਤੋਂ ਦੂਰ ਰਹਿੰਦੇ ਨੇ, ਉਹਨਾਂ 'ਤੇ ਵੀ ਮਾਂ ਬਾਪ ਦਾ ਡਰ ਹੈ ਨਹੀਂ ਕਿਸੇ ਦਾ ਵੀ, ਉਹ ਉਹਨਾਂ ਨੂੰ ਤਕਰੀਬਨ ਖੁੱਲ੍ਹ ਮਿਲ ਜਾਂਦੀ ਹੈ। ਇੱਕ ਕਿਸਮ ਜਦੋਂ ਖੁੱਲ੍ਹ ਮਿਲ ਜਾਂਦੀ ਹੈ ਉਦੋਂ ਫਿਰ ਬੱਚੇ ਜਿਹੜੇ ਸਿਆਣੇ ਨੇ ਉਹ ਤਾਂ ਆਪਣੇ ਪੜ੍ਹਾਈ ਵੱਲ ਧਿਆਨ ਦਿੰਦੇ ਨੇ ਵੀ ਆਲੇ ਦੁਆਲੇ ਕੀ ਹੁੰਦਾ ਕੀ ਨਹੀਂ ਹੁੰਦਾ, ਤਾਂ ਉਹਨੂੰ ਛੱਡੋ। ਪਰ ਜਦੋਂ ਵਿੱਚ ਇਕੱਠੇ ਰਲ ਜਾਂਦੇ ਨੇ ਫਿਰ ਕਈ ਵਾਰੀ ਇਹੋ ਜਿਹੀ ਖਪ ਕਰਦੇ ਨੇ, ਘਰ ਦਾ ਬਹੁਤ ਸਾਰਾ ਨੁਕਸਾਨ ਉਹ ਕਰ ਦਿੰਦੇ ਨੇ। ਝੜਦੀ ਝੜਤ ਪਏ ਜਿਹੜਾ ਬੰਦਾ ਸਿਆਣਾ ਹੁੰਦਾ ਜਵਾਕ ਉਹ ਵੀ ਕਈ ਵਾਰੀ ਨਾਲ ਰਲ ਜਾਂਦਾ ਤਾਂ ਫਿਰ ਬਾਅਦ ਦੇ ਵਿੱਚ ਬਹੁਤ ਪੰਗਾ ਪੈਂਦਾ। ਸੋ ਪੀ ਜੀ ਦੇ ਵਿੱਚ ਜਿਹੜੇ
ਰਹਿੰਦੇ ਹਾਂ ਜਾਂ ਰੱਖਦੇ ਹਾਂ ਇੱਥੇ ਅਸੀਂ ਮੁੰਡੇ ਕੁੜੀਆਂ ਨੂੰ, ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਹੱਥ ਬੰਨ ਕੇ ਮੁਆਫ਼ੀ ਚਾਹੁੰਦਾ ਕਿ ਕਾਲਾਂ ਹੋਰ ਨਹੀਂ ਲੈ ਹੋਣੀਆਂ, ਦੋ ਤਿੰਨ ਕਾਲਾਂ ਤੁਹਾਡੀਆਂ ਫਲੈਸ਼ ਕਰ ਰਹੀਆਂ ਨੇ, ਅੱਜ ਲਈ ਇੰਨਾ ਹੀ ਕਾਫੀ, ਗੁਸਤਾਖੀ ਲਈ ਮਾਫ਼ੀ, ਅਤੇ ਬਾਕੀ ਕੱਲ੍ਹ ਨੂੰ ਬਾਕੀ ਗੱਲਾਂ ਬਾਤਾਂ ਕਰਾਂਗੇ। ਅਤੇ ਪੀ ਜੀ ਦੀ ਜਿਹੜੀ ਗੱਲ ਆ, ਮੇਰੇ ਖਿਆਲ ਇੱਧਰਲੇ ਸਾਡੇ ਜਿਹੜੇ ਪੰਜਾਬੀ ਹੈਗੇ ਨੇ ਉਹਨਾਂ ਨੂੰ ਕੋਈ ਬਾਹਲਾ ਵਾਹ ਵਾਸਤਾ ਹੈ ਨਹੀਂ, ਜਾਂ ਵਾਹ ਵਾਸਤਾ ਪਿਆ ਨਹੀਂ ਇਸ ਤਰ੍ਹਾਂ ਦਾ। ਕੁਝ ਕਨੇਡਾ ਦੇ ਵਿੱਚ ਹੈ ਜ਼ਿਆਦਾ, ਅਤੇ ਨਿਊਯਾਰਕ ਦੇ ਵਿੱਚ ਅਸੀਂ ਗੱਲ ਕਰੀਏ, ਨਿਊਯਾਰਕ ਦੇ ਵਿੱਚ ਵੀ ਕਾਫੀ ਇਸ ਤਰ੍ਹਾਂ ਦਾ ਮਾਹੌਲ ਹੈਗਾ ਕਿ 6-7 ਮੁੰਡੇ ਜਾਂ ਬਲਕਿ ਕਿਸੇ ਦੇ 6-7 ਕੁੜੀਆਂ ਇਕੱਠੀਆਂ ਇੱਦਾਂ ਰਹਿੰਦੀਆਂ ਨੇ। ਸੋ ਇੱਧਰ ਮੇਰੇ ਖਿਆਲ ਇੰਨਾ ਜ਼ਿਆਦਾ ਕੋਈ ਨਹੀਂ ਕੈਲੀਫੋਰਨੀਆ ਦੇ ਵਿੱਚ ਮਾਹੌਲ ਹੈਗਾ ਜਾਂ ਅਮੈਰੀਕਾ ਦੇ ਵਿੱਚ ਪੰਜਾਬ ਨਾਲੋਂ ਘੱਟ ਹੈਗਾ। ਜੋ ਦੁਬਾਰਾ ਫਿਰ ਇਹਨੂੰ ਕਿਸੇ ਹੋਰ ਤਰੀਕੇ ਨਾਲ ਆਪਾਂ ਸਾਂਝੀ ਗੱਲਬਾਤ ਕਰਾਂਗੇ। ਵੀ ਰਹੀ ਗੱਲ ਬਿੱਲੀਆਂ ਦੀ, ਬਿੱਲੀਆਂ ਦੀ ਮੇਰੇ ਖਿਆਲ ਦੇ ਵਿੱਚ ਇਹੀ ਕਿ ਬਿੱਲੀਆਂ ਦੀ ਨਸਲਾਂ ਅਲੱਗ ਅਲੱਗ ਹੁੰਦੀਆਂ। ਖੂਨਖਾਰ ਬਿੱਲੀਆਂ ਜਿਹਨੂੰ ਅਸੀਂ ਕਹਿੰਦੇ ਵਾਈਲਡ ਬਿੱਲੀ ਕਹਿੰਦੇ ਹਾਂ, ਵਾਈਲਡ ਕੈਟ, ਜੰਗਲੀ ਬਿੱਲੀਆਂ, ਅਤੇ ਉਹਨਾਂ ਦੇ ਵਿੱਚ ਅਲੱਗ ਅਲੱਗ ਨਸਲਾਂ ਹੁੰਦੀਆਂ ਹੋਣਗੀਆਂ, ਜਿਹੜੀਆਂ ਕਿ ਵਿੱਚੋਂ ਕਈਆਂ ਦੀਆਂ ਆਦਤਾਂ ਨਹੀਂ ਜਾਂਦੀਆਂ, ਕਈਆਂ ਨੂੰ ਆਦਤ ਇਹੋ ਜਿਹੀ ਹੁੰਦੀ ਨੀਗੀ। ਅਤੇ ਬੋਟਲਾਂ ਦੀ ਜਿਹੜੀ ਗੱਲ ਆ, ਅਤੇ ਮੇਰਾ ਆਈਡੀਆ ਇਹੀ ਹੈ ਕਿ ਖੜਕਾ ਜਦੋਂ ਉਹ ਛਾਲ ਮਾਰਦੀ ਹੈ ਜਾਂ ਹਨੇਰੇ ਦੇ ਵਿੱਚ ਆਉਂਦੀ ਹੈ, ਅਤੇ ਹਨੇਰੇ 'ਚ ਉਹਦਾ ਪੈਰ ਜਦੋਂ ਬੋਤਲ ਨੂੰ ਲੱਗਦਾ ਹੋਏਗਾ, ਅੱਧੀ ਪਾਣੀ ਦੀ ਹੈਗੀ, ਅੱਧੀ ਭਰੀ, ਅੱਧੀ ਖਾਲੀ ਹੈ, ਅਤੇ ਖੜਕਾ ਜਦੋਂ ਹੁੰਦਾ ਹੋਏਗਾ ਤਾਂ ਉਹ ਡਰ ਜਾਂਦੀ ਹੋਏਗੀ ਕਿ ਇਹਦੇ 'ਚ ਪਤਾ ਨਹੀਂ ਕੀ ਹੈ। ਚਲੋ ਖੈਰ, ਇਹਨਾਂ ਗੱਲਾਂ ਦੇ ਵਿੱਚ ਆਪਾਂ ਨਹੀਂ ਪੈਣਾ। ਸਾਡੀ ਟੀਮ ਨਿਊਯਾਰਕ ਤੋਂ ਚੱਲੀ ਹੋਈ, ਇੱਥੇ ਪਹੁੰਚ ਜਾਣਾ, ਯੁਵਾ ਸ਼੍ਰੀ ਦਾ ਨਗਰ ਕੀਰਤਨ ਲਾਈਵ ਕਰਾਂਗੇ, ਬਹੁਤ ਸਾਰੇ ਹੋਰ ਪ੍ਰੋਗਰਾਮ ਇੱਥੋਂ ਲਾਈਵ ਕਰਾਂਗੇ। ਅਤੇ ਪਰਸੋਂ ਨੂੰ ਫਰਿਜਨੋ ਤੋਂ ਜਲਵੇ ਜੱਗੀ ਦੇ ਜਿਹੜਾ ਲਾਈਵ ਉਹ ਕਰਨਾ, JS ਟਰੱਕ ਇੰਸ਼ੋਰੈਂਸ ਜਿਹੜੇ ਹੈ ਜਗਦੀਪ ਸਿੰਘ ਹੈਗੇ ਉਹਨਾਂ ਤੋਂ ਉੱਥੋਂ ਲਾਈਵ ਕਰਨੇ, ਕਈ ਪ੍ਰੋਗਰਾਮ ਰਿਕਾਰਡ ਵੀ ਕਰਨੇ, ਲਾਈਵ ਵੀ ਕਰਨੇ ਆ। ਸੋ ਅੱਜ ਲਈ ਇੰਨਾ ਹੀ ਕਾਫੀ, ਗੁਸਤਾਖੀ ਲਈ ਮਾਫ਼ੀ, ਮੁਲਾਕਾਤ ਹੋਏਗੀ ਤੁਹਾਡੇ ਨਾਲ ਕੱਲ੍ਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।